ਦਸਤਾਰ ਹੁੰਦੀ ਹੈ ਸਿੱਖੀ ਦੀ ਸ਼ਾਨ, ਦਸਤਾਰ ਤੇ ਹੁੰਦਾ ਹਰ ਸਿੱਖ ਨੂੰ ਮਾਣ। ਨੌਜਵਾਨ ਪੀੜ੍ਹੀ ਨੂੰ ਦਸਤਾਰ ਦੀ ਮਹੱਤਤਾ ਨੂੰ ਦੱਸਣ ਅਤੇ ਦਸਤਾਰ ਨਾਲ ਜੋੜਨ ਲਈ ਢਿੱਲੋਂ ਟਰਬਨ ਸੈਂਟਰ ਵੱਲੋਂ ਕਰਵਾਇਆ ਜਾ ਰਿਹਾ ਦਸਤਾਰ ਮੁਕਾਬਲਾ 2019। ਅੰਮ੍ਰਿਤਸਰ ਦੀ ਮਜੀਠਾ ਰੋਡ ਉੱਤੇ ਮਿਤੀ 13 ਅਪ੍ਰੈਲ 2019 ਨੂੰ ਬੋਪਾ ਰਾਏ ਪੈਲੇਸ ਵਿੱਚ ਕਰਵਾਏ ਜਾ ਰਹੇ ਦਸਤਾਰ ਮੁਕਾਬਲੇ ਵਿੱਚ ਵੱਖ ਵੱਖ ਉਮਰ 8 ਤੋਂ 12 ਸਾਲ, 13 ਤੋਂ 18 ਸਾਲ ਅਤੇ 19 ਤੋਂ 24 ਸਾਲ ਦੇ ਬੱਚਿਆਂ ਵਿੱਚ ਪੱਗ ਬੰਨਣ ਦੇ ਮੁਕਾਬਲੇ ਕਰਵਾਏ ਜਾਣਗੇ। ਜੇਤੂ ਰਹਿਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਮੁਕਾਬਲੇ ਵਿੱਚ ਪਹਿਲਾ ਇਨਾਮ 2100 ਰੁਪਏ, ਦੂਜਾ ਇਨਾਮ 1100 ਰੁਪਏ ਅਤੇ ਤੀਜਾ ਇਨਾਮ 1100 ਰੁਪਏ ਰੱਖਿਆ ਗਿਆ। ਨਗਦੀ ਇਨਾਮ ਦੇ ਨਾਲ ਨਾਲ ਜੇਤੂ ਰਹਿਣ ਵਾਲੇ ਬੱਚਿਆਂ ਨੂੰ ਇੱਕ ਦਸਤਾਰ, ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਦਸਤਾਰ ਮੁਕਾਬਲੇ ਵਿੱਚ ਭਾਗ ਲੈਣ ਲਈ ਤੁਸੀਂ ਸਕਰੀਨ ਉੱਤੇ ਆ ਰਹੇ ਨੰਬਰਾਂ ਉੱਤੇ ਸੰਪਰਕ ਕਰ ਸਕਦੇ ਹੋ। ਦਸਤਾਰ ਮੁਕਾਬਲੇ ਵਿੱਚ ਭਾਗ ਲੈਣ ਲਈ ਕੋਈ ਵੀ ਫੀਸ ਨਹੀਂ ਹੈ। ਵਿਸ਼ੇਸ਼ ਸਨਮਾਨ ਚਮਕੌਰ ਸਿੰਘ ਚੀਮਾ, ਬਚਿੱਤਰ ਸਿੰਘ ਰੰਧਾਵਾ, ਅਮਨਦੀਪ ਸਿੰਘ ਬੋਪਾ ਰਾਏ, ਗੁਰਪ੍ਰੀਤ ਸਿੰਘ ਢਿੱਲੋਂ, ਡਾਕਟਰ ਗਗਨਦੀਪ ਕੌਰ ਖਾਲਸਾ ਜੀ। ਇਸ ਦਸਤਾਰ ਮੁਕਾਬਲੇ ਦਾ ਸਿੱਧਾ ਪ੍ਰਸਾਰਣ ਅਕਾਲ ਚੈਨਲ UK ਉੱਤੇ ਕੀਤਾ ਜਾਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਣਦੀਪ ਕੌਰ ਇੱਕ ਵਾਰ ਫਿਰ ਤੋਂ ਤੁਹਾਡੇ ਰੂਬਰੂ ਹੈ ਜੀ। ਅੱਜ ਉਸ ਪ੍ਰੋਗਰਾਮ ਦੇ ਤੁਹਾਨੂੰ ਰੂਬਰੂ ਕਰਾਉਣਾ ਹੈ ਜਿੱਥੇ ਸਿੱਖੀ ਸਿਧਾਂਤਾਂ ਨੂੰ ਲੈ ਕੇ ਯੰਗ ਯੂਥ ਦੇ ਲਈ ਇੱਕ ਨਵੀਂ ਸੇਧ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਉਸ ਨੌਜਵਾਨ ਵੀਰ ਵੱਲੋਂ, ਉਸ ਨੌਜਵਾਨ ਭਰਾ ਵੱਲੋਂ ਜਿਨ੍ਹਾਂ ਦਾ ਨਾਮ ਹੈ ਜੀ ਗੁਰਪ੍ਰੀਤ ਸਿੰਘ ਢਿੱਲੋਂ। ਔਰ ਉਹ ਸਿੱਖੀ ਸਿਧਾਂਤਾਂ ਨੂੰ ਲੈ ਕੇ ਸਿੱਖੀ ਨੂੰ ਪ੍ਰਮੋਟ ਕਰਨ ਲਈ ਔਰ ਖਾਸ ਕਰਕੇ ਜਿਹੜੇ ਸਿੱਖ ਯੂਥ ਹੈਗਾ, ਯੰਗ ਯੂਥ ਹੈਗਾ, ਉਹਨੂੰ ਦਸਤਾਰ ਵਾਸਤੇ ਪ੍ਰਮੋਟ ਕਰ ਰਿਹਾ ਕਿ ਅਜੇ ਬਚਪਨ ਤੋਂ ਹੀ, ਛੋਟੀ ਉਮਰ ਤੋਂ ਹੀ ਚਣਕ ਲੱਗੀ ਹੋਵੇ ਦਸਤਾਰ ਬੰਨਣ ਦੀ, ਬੱਚਿਆਂ ਨੂੰ ਪਤਾ ਹੋਵੇ ਕਿ ਦਸਤਾਰ ਬੰਨਣ ਦਾ ਕੀ ਮਕਸਦ ਹੈ, ਕੀ ਮੋਟਿਵ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਉਹਨਾਂ ਦੇ ਹਿਸਾਬ ਦੇ ਨਾਲ ਔਰ ਸਾਡੇ ਸਾਰਿਆਂ ਦੇ ਹਿਸਾਬ ਦੇ ਨਾਲ ਜਿਹੜਾ ਹੈਗਾ ਸਿੱਖੀ ਇੱਕ ਵਧੀਆ ਰੂਪਕ ਤਿਆਰ ਕਰ ਸਕਦੇ ਹੈ। ਕਿਉਂਕਿ ਜੀ ਸਿੱਖ ਸਿਧਾਂਤਾਂ 'ਤੇ ਚੱਲਣਾ, ਪਰ ਉਸ ਤੋਂ ਪਹਿਲੇ ਉਹਦੀਆਂ ਜੜ੍ਹਾਂ, ਉਹਦੀ ਬੁਨਿਆਦ ਜਿਹੜੀ ਹੈ ਬਹੁਤ ਮਜ਼ਬੂਤ ਹੋਣੀ ਚਾਹੀਦੀ ਹੈ। ਸੋ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਖਾਸ ਦਸਤਾਰ ਬੰਦੀ 'ਤੇ ਹੈ, ਜਿਸਦੇ ਵਿੱਚ ਬੱਚੇ ਜਿਹੜੇ ਵੱਖ ਵੱਖ ਏਜ ਗਰੁੱਪ, ਏਜ ਲੈਵਲ ਦੇ ਬੱਚੇ ਭਾਗ ਲੈਣਗੇ, ਉਹਨਾਂ ਦੇ ਵਿੱਚ ਜਿਹੜੇ ਤਰਤੀਬਵਾਰ ਵੰਡ ਕੀਤੀ ਗਈ ਹੈ ਏਜ ਗਰੁੱਪ ਦੀ, ਮੈਂ ਤੁਹਾਨੂੰ ਗੱਲ ਦੱਸ ਦਵਾਂ। 8 ਤੋਂ 12 ਸਾਲ ਦਾ ਇੱਕ ਵਰਗ ਹੈ, ਦੂਸਰਾ ਹੈ ਜੀ 13 ਤੋਂ 18 ਸਾਲ ਦਾ, ਅਤੇ ਤੀਜੀ ਜਿਹੜੀ ਏਜ ਗਰੁੱਪ ਲਿਮਿਟ ਰੱਖੀ ਗਈ ਉਹ ਹੈ ਜੀ 19 ਤੋਂ 24 ਸਾਲ ਦੇ ਬੱਚੇ। ਇਹਨਾਂ ਵਿੱਚ ਮੁੰਡੇ ਅਤੇ ਕੁੜੀਆਂ ਦੋਨੋਂ ਭਾਗ ਲੈਣਗੇ। ਮਤਲਬ ਢਿੱਲੋਂ ਟਰਬਲ ਸੈਂਟਰ ਜਿਹੜਾ ਕਿ ਗੁਰਪ੍ਰੀਤ ਸਿੰਘ ਢਿੱਲੋਂ ਵੱਲੋਂ ਜਿਹੜਾ ਇਹ ਉਪਰਾਲਾ ਕੀਤਾ ਗਿਆ ਹੈ ਦਸਤਾਰ ਮੁਕਾਬਲਾ 2019, ਸੋ ਇਹਦੇ ਵਿੱਚ ਕੁੜੀਆਂ ਅਤੇ ਮੁੰਡੇ ਦੋਨੋਂ ਹੀ ਭਾਗ ਲੈਣਗੇ। ਸੋ ਪ੍ਰੋਗਰਾਮ ਦੀ ਸ਼ੁਰੂਆਤ ਥੋੜ੍ਹੇ ਪਲਾਂ ਵਿੱਚ ਹੋ ਜਾਣੀ ਹੈ ਔਰ ਇਸਦੇ ਵਿੱਚ ਬਹੁਤ ਸਾਰੇ ਬੱਚੇ, ਹਰ ਉਮਰ ਦੇ, ਹਰ ਵਰਗ ਦੇ ਬੱਚੇ ਜਿਹੜੇ ਨੇ ਇੱਥੇ ਪਹੁੰਚੇ ਨੇ, ਉਹਨਾਂ ਨੂੰ ਡਿਵਾਈਡ ਏਜ ਟੂ ਅਕੋਰਡਿੰਗ ਜਿਹੜਾ ਡਿਵਾਈਡ ਕੀਤਾ ਗਿਆ, ਉਹਨਾਂ ਦੇ ਇੱਕ ਟੈਗ ਲੱਗੇ ਹੋਏ ਨੇ ਉਮਰ ਦੇ ਹਿਸਾਬ ਦੇ ਨਾਲ, ਉਹਨਾਂ ਦੀ ਤਰਤੀਬ ਵਾਰ ਵੰਡ ਕੀਤੀ ਗਈ ਹੈ। ਸੋ ਮੁਕਾਬਲਾ ਸ਼ੁਰੂ ਹੋਣ ਤੋਂ ਪਹਿਲੇ ਸਾਰੇ ਹੀ ਬਹੁਤ ਉਤਸ਼ਾਹਿਤ ਨੇ, ਕਿਉਂਕਿ ਜੀ ਛੋਟੇ ਬੱਚਿਆਂ ਨੂੰ ਖਾਸ ਕਰਕੇ ਜ਼ਿਆਦਾ ਕਿਉਰੋਸਿਟੀ ਹੁੰਦੀ ਹੈ ਆਪਣੇ ਸਿੱਖ ਸਿਧਾਂਤਾਂ ਦੇ ਨਾਲ ਨਾਲ ਸਿੱਖੀ ਸਰੂਪ ਨੂੰ ਲੈ ਕੇ, ਕਿਉਂਕਿ ਇੱਕ ਵੱਖਰਾ ਜੋਜ ਲਾਲ ਜਿਹੜਾ ਦੇਖਣ ਨੂੰ ਮਿਲ ਰਿਹਾ, ਬਹੁਤ ਰੌਣਕ ਲੱਗੀ ਹੋਈ ਹੈ ਭਾਰੀ ਤਾਦਾਦ ਦੇ ਵਿੱਚ। ਹਰ ਏਜ ਗਰੁੱਪ ਦੇ ਬੱਚੇ, ਵੀਰ, ਭਰਾ ਅਤੇ ਯੰਗ ਯੂਥ ਜਿਹੜਾ ਇੱਥੇ ਇਕੱਤਰਿਤ ਹੋਇਆ ਮੁਕਾਬਲੇ ਦੇ ਵਿੱਚ। ਔਰ ਨਾਲ ਦੀ ਨਾਲ ਮੈਂ ਦੱਸ ਦੇਵਾਂ ਕਿ ਇਸ ਮੁਕਾਬਲੇ ਵਾਸਤੇ ਇਹਦੇ ਵਿੱਚ ਕੋਈ ਐਂਟਰੀ ਫੀਸ ਨਹੀਂ ਹੈਗੀ, ਬਿਲਕੁਲ ਫ੍ਰੀ ਵਾਲਾ ਮੁਕਾਬਲਾ ਹੈ। ਔਰ ਨਾਲ ਦੀ ਨਾਲ ਜਿਹੜੇ ਫਸਟ, ਸੈਕਿੰਡ, ਥਰਡ ਬੱਚੇ ਆਉਣਗੇ ਜਿਹੜੇ ਵੀ ਏਜ ਗਰੁੱਪ ਦੇ ਹੋਣਗੇ, ਉਹਨਾਂ ਵਾਸਤੇ ਸਪੈਸ਼ਲ ਪ੍ਰਾਈਜ਼ ਰੱਖੇ ਗਏ ਨੇ। ਉਹ ਪ੍ਰਾਈਜ਼ ਕੀ ਨੇ ਉਹ ਵੀ ਤੁਹਾਨੂੰ ਦੱਸਾਂਗੇ, ਲੇਕਿਨ ਉਹਦੇ ਨਾਲ ਨਾਲ ਜਾਣਨਾ ਜ਼ਰੂਰੀ ਹੈ ਕਿ ਗੁਰਪ੍ਰੀਤ ਸਿੰਘ ਢਿੱਲੋਂ ਵੱਲੋਂ ਇਹ ਜਿਹੜਾ ਮੁਕਾਬਲਾ ਕਿੰਨੇ ਸਾਲਾਂ ਤੋਂ ਕਰਵਾਇਆ ਜਾ ਰਿਹਾ, ਕਿਉਂਕਿ ਜੀ 2019 ਚੱਲ ਰਿਹਾ। ਸੋ ਦਸਤਾਰ ਮੁਕਾਬਲਾ ਜੀ ਇਹ ਵਾਲਾ ਜਿਹੜਾ ਹੈਗਾ 2019 ਦਾ, ਲੇਕਿਨ ਇਸ ਤੋਂ ਪਹਿਲੇ ਕਿੰਨੇ ਮੁਕਾਬਲੇ ਕੀਤੇ ਗਏ ਨੇ। ਸੋ ਅੰਮ੍ਰਿਤਸਰ ਦੇ ਵਿੱਚ ਅਕਾਲ ਚੈਨਲ ਔਰ ਤੁਹਾਡੇ ਰੂਬਰੂ ਹੈ ਜੀ ਅਗਲਾ ਜਿਹੜਾ ਸੈਗਮੈਂਟ ਜੀ। ਗੁਰਪ੍ਰੀਤ ਸਿੰਘ ਢਿੱਲੋਂ ਸਾਡੇ ਨਾਲ ਮੌਜੂਦ ਨੇ, ਕਿਉਂਕਿ ਜੀ ਇਹਨਾਂ ਨੇ ਮੁਕਾਬਲਾ ਜਿਹੜਾ ਹੈ ਸ਼ੁਰੂਆਤ ਇਹਦੀ ਕੀਤੀ ਹੈ 2019 ਦੀ। ਜੇ ਮੈਂ ਗੱਲ ਕਰਾਂ ਅੱਜ ਦਾ ਇਹ ਦਿਨ, ਅੱਜ ਦਾ ਸੁਭਾਗਾ ਦਿਨ, ਖੁਸ਼ੀਆਂ ਵਾਲਾ ਦਿਨ, ਜਿੱਥੇ ਵੱਖਰੇ ਵੱਖਰੇ ਉਮਰ ਦੇ ਹਿਸਾਬ ਦੇ ਨਾਲ ਵੱਖਰੇ ਵੱਖਰੇ ਜਿਹੜੇ ਬੱਚੇ ਪਹੁੰਚੇ ਨੇ ਵੱਖਰੇ ਵੱਖਰੇ ਸ਼ਹਿਰਾਂ ਤੋਂ ਹੋ ਸਕਦੇ ਨੇ, ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਾਂਗੇ। ਲੇਕਿਨ ਉਸ ਤੋਂ ਪਹਿਲੇ ਗੁਰਪ੍ਰੀਤ ਸਿੰਘ ਢਿੱਲੋਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਕਿ ਕਦੋਂ ਤੋਂ ਉਹਨਾਂ ਨੇ ਉਪਰਾਲਾ ਜਿਹੜਾ ਹੈ ਇਹ ਸ਼ੁਰੂ ਕੀਤਾ ਹੈ ਔਰ ਕਿੰਨੇ ਜਿਹੜੇ ਬੱਚੇ ਇਹਦੇ ਵਿੱਚ ਭਾਗ ਲੈ ਚੁੱਕੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਡੇ ਕੋਲ ਇਸ ਵੇਲੇ ਜੋ ਅੱਜ ਦੇ ਦਸਤਾਰ ਮੁਕਾਬਲੇ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਬੱਚੇ ਨੇ, ਜਿਵੇਂ ਕਿ ਕੁਛ
ਫਰੀਦਕੋਟ ਤੋਂ ਨੇ, ਜਲੰਧਰ ਤੋਂ, ਲੁਧਿਆਣੇ ਤੋਂ ਐਂਡ ਅੰਮ੍ਰਿਤਸਰ ਦੇ ਕਾਫੀ ਕੁੱਲ ਮਿਲਾ ਕੇ ਬੱਚਿਆਂ ਦੀ ਜੋ ਗਿਣਤੀ ਹੈ 100 ਦੇ ਕਰੀਬ ਆਈ ਹੈ ਐਂਡ ਅਸੀਂ ਦਸਤਾਰ ਮੁਕਾਬਲੇ ਜੋ ਹੈ ਕਾਫੀ ਦੇਰ ਤੋਂ ਅਸੀਂ ਕਰਾਉਂਦੇ ਆ ਰਹੇ ਹਾਂ, ਜਿਵੇਂ ਕਿ ਜਿਸ ਗੁਰਦੁਆਰਾ ਸਾਹਿਬ ਦੇ ਵਿੱਚ ਸਾਨੂੰ ਮੌਕਾ ਮਿਲਦਾ ਹੈ ਕਿ ਇੱਥੇ ਫ੍ਰੀ ਕੈਂਪ ਲਾਇਆ ਜਾਵੇ, ਅਸੀਂ 10 ਦਿਨ ਜਾਂ 15 ਦਿਨ ਦਾ ਦਸਤਾਰ ਮੁਕਾਬਲੇ ਦਾ ਕੈਂਪ ਲਾਇਆ ਜਾਂਦਾ ਐਂਡ ਉਹਨਾਂ ਦਾ ਬੱਚਿਆਂ ਦਾ ਅਸੀਂ ਦਸਤਾਰ ਮੁਕਾਬਲਾ ਕਰਾ ਕੇ ਉਹਨਾਂ ਬੱਚਿਆਂ ਨੂੰ ਸਨਮਾਨਿਤ ਕਰੀਦਾ। ਕਾਫੀ ਗਿਣਤੀ ਦੇ ਵਿੱਚ ਜੋ ਕਿ ਬੱਚੇ ਨੇ ਰੂਪ ਹੋ ਕੇ ਆਪਣਾ ਦਸਤਾਰ ਮੁਕਾਬਲੇ ਵਿੱਚ ਭਾਗ ਲੈਂਦੇ ਹਨ। ਸੋ ਇਸ ਜੋ ਅੱਜ ਦਾ ਜੋ ਸਾਡਾ ਦਸਤਾਰ ਮੁਕਾਬਲਾ ਹੈ ਉਹਦੇ ਵਿੱਚ ਸਾਡੇ ਨਾਲ ਕਈ ਰੂਹਾਂ ਜੁੜੀਆਂ ਨੇ ਜਿਨ੍ਹਾਂ ਦੇ ਨਾਲ ਅਸੀਂ ਮਿਲ ਕੇ ਅੱਜ ਦਸਤਾਰ ਮੁਕਾਬਲਾ ਕਰਵਾਇਆ ਹੈ। ਸਾਡਾ ਇਹ ਇਕੱਲੇ ਦਾ ਉਪਰਾਲਾ ਨਹੀਂ ਹੈ, ਕੁਛ ਵੀਰ ਨੇ ਜਿਹੜੇ ਮਤਲਬ ਕੈਨੇਡਾ ਤੋਂ ਨੇ, ਇੰਗਲੈਂਡ ਤੋਂ ਨੇ ਜਾਂ ਹੋਰ ਜ਼ਿਲ੍ਹਿਆਂ ਤੋਂ ਮਿਲ ਕੇ ਜਿਨ੍ਹਾਂ ਨੇ ਸਾਡੇ ਨਾਲ ਅੱਜ ਇਸ ਦਸਤਾਰ ਮੁਕਾਬਲੇ ਨੂੰ ਪੂਰਾ ਕਰਨ ਦੇ ਵਿੱਚ ਮਦਦ ਕੀਤੀ ਹੈ। ਸੋ ਵੀਰ ਜੀ, ਇਸ ਤੋਂ ਪਹਿਲੇ ਕਿੰਨੇ ਮੁਕਾਬਲੇ ਹੋ ਚੁੱਕੇ ਨੇ, ਮਤਲਬ ਪਿਛਲੇ ਸਾਲਾਂ ਦੇ ਵਿੱਚ ਜੇ ਮੈਂ ਗੱਲ ਕਰਾਂ? ਪਿਛਲੇ ਸਾਲਾਂ ਦੇ ਵਿੱਚ ਜੀ ਅਸੀਂ ਕੁਛ 7 ਜਾਂ 8 ਦਸਤਾਰ ਮੁਕਾਬਲੇ ਕਰਵਾ ਚੁੱਕੇ ਹਾਂ, ਬਟ ਕਦੇ ਅਸੀਂ ਆਪਾਂ ਇੰਨੇ ਚੰਗੇ ਪੱਧਰ 'ਤੇ ਨਹੀਂ ਕਰਵਾਇਆ। ਅਸੀਂ ਹਮੇਸ਼ਾ ਪਿੰਡਾਂ ਦੇ ਵਿੱਚ ਜਾ ਕੇ ਉੱਥੋਂ ਬੱਚੇ ਇਕੱਠੇ ਕਰਕੇ ਉਹਨਾਂ ਦਾ ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਉਹਨਾਂ ਦਾ ਦਸਤਾਰ ਕੈਂਪ ਲਾ ਕੇ ਅਤੇ ਦਸਤਾਰ ਮੁਕਾਬਲਾ ਕਰਾਇਆ ਜਾਂਦਾ ਸੀ ਉਦੋਂ ਜੀ। ਸੋ ਅੱਜ ਦਾ ਇਹ ਦਸਤਾਰ ਮੁਕਾਬਲਾ ਜਿਹੜਾ ਹੈ ਅੰਮ੍ਰਿਤਸਰ ਮਜੀਠਾ ਰੋਡ 'ਤੇ ਪੈਲਸ ਜਿਹੜਾ ਹੈਗਾ, ਪੈਲਸ ਦਾ ਨਾਮ ਵੀ ਤੁਸੀਂ ਦੱਸ ਦਿਓ। ਪੈਲਸ ਦਾ ਨਾਮ ਹੈ ਜੀ ਬੋਪਾ ਰਾਏ ਪੈਲਸ। ਇਹ ਸਾਡੇ ਵੱਡੇ ਵੀਰ ਜੀ ਨੇ, ਅਮਨਦੀਪ ਸਿੰਘ ਬੋਪਾ ਰਾਏ ਜੀ, ਜੋ ਕਿ ਜਨਰਲ ਸਕੱਤਰ ਨੇ ਮਾਝੇ ਜੋਨ ਦੇ। ਸੋ ਉਹਨਾਂ ਦੀ ਕਾਫੀ ਸਪੋਰਟ ਹੈ ਜਿਨ੍ਹਾਂ ਦੇ ਕਰਕੇ ਅਸੀਂ ਅੱਜ ਆਪਾਂ ਇੱਥੇ ਆਪਣਾ ਦਸਤਾਰ ਮੁਕਾਬਲਾ ਕਰਾਉਣ ਦੇ ਵਿੱਚ ਕੰਪਲੀਟ ਆਪਣਾ ਹੋਏ ਹਾਂ। ਵੀਰ ਜੀ, ਤੁਸੀਂ ਸਰਦਾਰ ਹੋ, ਸਿੱਖੀ ਸਰੂਪ ਦੇ ਵਿੱਚ ਸੱਜੇ ਹੋਏ ਹੋ, ਬਹੁਤ ਸੋਹਣੇ ਲੱਗਦੇ ਹੋ। ਸੋ ਇਸ ਕਰਕੇ ਤੁਹਾਨੂੰ ਲੱਗਦਾ ਕਿ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਉਹ ਵੀ ਸਿੱਖੀ ਸਰੂਪ ਦੇ ਵਿੱਚ ਸੱਜਣ ਔਰ ਸੋਹਣੀਆਂ ਲੱਗਦੀਆਂ ਨੇ ਔਰ ਤੁਹਾਡੇ ਵਾਂਗ ਦੂਸਰਿਆਂ ਨੂੰ ਵੀ ਮਾਣ ਮਹਿਸੂਸ ਹੋ ਕਿ ਵਾਕਈ ਉਹ ਸਿੱਖ ਧਰਮ ਦੇ ਨਾਲ ਜੁੜੇ ਹੋਏ ਨੇ? ਜਿਵੇਂ ਕਿ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਨੂੰ ਅਸੀਂ ਦੇਖ ਸਕਦੇ ਹਾਂ ਕਿ ਪਲੱਸ ਟੂ ਤੋਂ ਬਾਅਦ ਮੋਸਟਲੀ ਬੱਚਿਆਂ ਦਾ ਇਹੀ ਹੁੰਦਾ ਜੀ, ਸਾਨੂੰ ਪੱਗ ਬੰਨ੍ਹਣੀ ਨਹੀਂ ਆਉਂਦੀ ਤਾਂ ਅਸੀਂ ਆਪਣੇ ਵਾਲ ਕਟਾ ਲਈਏ, ਜਿਹਦੇ ਵਿੱਚ ਕਈ ਮਾਪੇ ਵੀ ਇਸ ਦੇ ਵਿੱਚ ਹਿੱਸਾਦਾਰ ਬਣਦੇ ਆ ਕਿ ਬੱਚਿਆਂ ਨੂੰ ਜਾਂ ਤਾਂ ਦੇਖੋ ਅੱਜ ਦਾ ਜੋ ਯੁੱਗ ਹੈ ਨਾ, ਕੋਈ ਵੀ ਚੀਜ਼ ਸਿੱਖਣੀ ਹੈ ਤਾਂ ਤੁਹਾਨੂੰ ਬਾਹਰੋਂ ਅਵੇਲੇਬਲ ਆ, ਜ਼ਰੂਰੀ ਨਹੀਂ ਕਿ ਉਹ ਦਸਤਾਰ ਹੈ, ਕੋਈ ਵੀ ਚੀਜ਼ ਆ। ਅਤੇ ਬੱਚੇ ਜੋ ਆਪਣੇ ਘਰ ਮਾਪਿਆਂ ਨੂੰ ਕਹਿੰਦੇ ਆ, ਕਈ ਪੇਰੈਂਟਸ ਵੀ ਇੱਦਾਂ ਦੇ ਹੋ ਜਾਂਦੇ ਆ ਕਿ ਬੱਚਿਆਂ ਨੂੰ ਨਹੀਂ ਲੈ ਕੇ ਜਾ ਪਾਉਂਦੇ, ਜਿਹਦੇ ਕਰਕੇ ਬੱਚਾ ਇੱਕ ਮਜਬੂਰੀ ਬਣ ਜਾਂਦਾ ਕਿ ਅਸੀਂ ਆਪਣੇ ਕੇਸ ਕਤਲ ਕਰਵਾ ਲਈਏ। ਸੋ ਅੱਜ ਦੀ ਤਰੀਕ ਦੇ ਵਿੱਚ ਜੋ ਰੇਸ਼ੋ ਆ ਸਾਡੀ ਮਤਲਬ ਦਸਤਾਰਾਂ ਦੀ, ਸਰਦਾਰਾਂ ਦੀ ਐਜ਼ ਕੰਪੈਰੇਟਿਵਲੀ ਟੂ ਕਟਿੰਗ ਵਾਲੇ, ਉਹ ਘੱਟ ਆ। ਸੋ ਅਸੀਂ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਸਰਦਾਰ ਬਣਨ, ਦਸਤਾਰਾਂ ਬੰਨਣ, ਆਪਣੇ ਕੇਸ ਜੋ ਕਤਲ ਨਾ ਕਰਾਏ ਜਾਣ, ਤਾਂ ਕਿ ਸਾਡੇ ਨਾਲ ਵੱਧ ਤੋਂ ਵੱਧ ਰੂਹਾਂ ਜੁੜਨ ਅਤੇ ਅਸੀਂ ਉਹਨਾਂ ਨੂੰ ਹੋਰ ਪ੍ਰਮੋਟ ਕਰ ਸਕੀਏ ਸਿੱਖੀ ਨੂੰ। ਸੋ ਵੀਰ ਜੀ ਦਾ ਕਹਿਣ ਦਾ ਮਤਲਬ ਇਹ ਹੈ ਕਿ ਉਹ ਸਿਰਫ ਇਹ ਉਪਰਾਲੇ ਸਿਰਫ ਅਤੇ ਸਿਰਫ ਜਿਹੜਾ ਇਸ ਲੈਵਲ ਤੱਕ ਨੇ ਕਰਵਾ ਰਹੇ, ਉਹ ਨਾਲ ਦੀ ਨਾਲ ਇਹਦਾ ਕੋਚਿੰਗ ਸੈਂਟਰ ਵੀ ਹੈ ਗੁਰਪ੍ਰੀਤ ਸਿੰਘ ਜੀ ਹੁਣਾਂ ਦਾ, ਔਰ ਕੋਚਿੰਗ ਵੀ ਦਿੰਦੇ ਨੇ, ਔਰ ਜਿਨ੍ਹਾਂ ਨੂੰ ਜਦੋਂ ਵੀ ਲੋੜ ਹੋਵੇ ਦਸਤਾਰ, ਜਿਨ੍ਹਾਂ ਨੂੰ ਨਹੀਂ ਬੰਨਣੀ ਆਉਂਦੀ, ਪੱਗ ਨਹੀਂ ਸਜਾਉਣੀ ਆਉਂਦੀ, ਭਾਵੇਂ ਉਹ ਕਿਸੇ ਵੀ ਤਰ੍ਹਾਂ ਦੇ ਪੇਚ ਬੰਨਣੇ ਚਾਹੁੰਦੇ ਨੇ, ਉਹਨਾਂ ਨੂੰ ਪਸੰਦ ਹੈ, ਕਿਉਂਕਿ ਜੀ ਹੁਣ ਦੇਖੋ ਦੇਖ ਜਿਹੜੀ ਸਾਡੀ ਨਵੀਂ ਪਨੀਰੀ ਹੈ, ਨਵੀਂ ਪੀੜ੍ਹੀ ਹੈ, ਉਹਨਾਂ ਨੂੰ ਲੱਗਦਾ ਕਿ ਸਭ ਤੋਂ ਸੋਹਣਾ ਸਰੂਪ, ਸਭ ਤੋਂ ਸੋਹਣਾ ਰੂਪ ਅਤੇ ਸਭ ਤੋਂ ਸੋਹਣਾ ਹੁਸਨ ਜਿਹੜਾ ਹੈ ਉਹ ਸਿਰਫ ਅਤੇ ਸਿਰਫ ਸਰਦਾਰੀ ਦੇ ਵਿੱਚ, ਦਸਤਾਰ ਦੇ ਵਿੱਚ, ਪੱਗ ਦੇ ਵਿੱਚ ਆਉਂਦਾ ਹੈ। ਹੋਰ ਬਹੁਤ ਸਾਰੀਆਂ ਗੱਲਾਂ ਕਰਾਂਗੇ, ਲੇਕਿਨ ਨਾਲ ਦੀ ਨਾਲ ਜਿਹੜੇ ਇੱਥੇ ਯੰਗ ਯੂਥ ਜਾਂ ਬੱਚੇ ਇੱਥੇ ਪਹੁੰਚੇ ਨੇ, ਉਹਨਾਂ ਦੇ ਨਾਲ ਵੀ ਰਾਬਤਾ ਕਰਨਾ ਬਹੁਤ ਜ਼ਰੂਰੀ ਹੈ। ਦਸਤਾਰ ਮੁਕਾਬਲਾ 2019 ਅੰਮ੍ਰਿਤਸਰ ਮਜੀਠਾ ਰੋਡ ਬੋਪਾ ਰਾਏ ਪੈਲਸ ਦੇ ਵਿੱਚ ਹੋ ਰਿਹਾ ਔਰ ਵੱਖਰੇ ਵੱਖਰੇ ਵਰਗ ਦੇ ਬੱਚੇ ਦੀ ਵੰਡ ਇੱਥੇ ਕੀਤੀ ਗਈ ਹੈ। 8 ਤੋਂ 12 ਸਾਲ ਔਰ ਅਗਲੇ ਜਿਹੜੇ ਵੱਖਰੀ ਵੱਖਰੀ ਏਜ ਲਿਮਿਟ ਉਹਨਾਂ ਦੀ ਰੱਖੀ ਗਈ ਹੈ। ਹਰ ਵਰਗ ਦੇ ਬੱਚਿਆਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਗੁਰਪ੍ਰੀਤ ਸਿੰਘ ਢਿੱਲੋਂ ਜੀ ਵੱਲੋਂ ਇਹ ਮੁਕਾਬਲਾ ਜਿਹੜਾ ਇਸ ਸਾਲ ਕਰਵਾਇਆ ਜਾ ਰਿਹਾ, ਪਿਛਲੇ 11-12 ਸਾਲਾਂ ਤੋਂ ਲਗਾਤਾਰ ਮੁਕਾਬਲੇ ਕਰਵਾ ਰਹੇ ਨੇ ਔਰ ਨਾਲ ਦੀ ਨਾਲ ਮੁਕਾਬਲਿਆਂ ਤੋਂ ਬਿਨਾਂ ਵੀ ਉਹ ਬੱਚਿਆਂ ਨੂੰ, ਭਾਵੇਂ ਉਹ ਕਿਸੇ ਵੀ ਏਜ ਦੇ ਹੋਣ, ਕਿਸੇ ਵੀ ਉਮਰ ਦੇ ਹੋਣ, ਉਹਨਾਂ ਨੂੰ ਪੱਗ ਬੰਨ੍ਹਣੀ ਸਿਖਾਉਂਦੇ ਨੇ। ਉਹਨਾਂ ਦਾ ਟਰਬਨ ਸੈਂਟਰ ਹੈ, ਟਰਬਨ ਕੋਚਿੰਗ ਸੈਂਟਰ ਹੈ, ਉੱਥੇ ਉਹ ਦਸਤਾਰ ਬੰਨ੍ਹਣੀ ਸਿਖਾਉਂਦੇ ਨੇ। ਸੋ ਤੁਸੀਂ ਦੇਖ ਰਹੇ ਹੋ ਕਿ ਵੱਖਰੀ ਵੱਖਰੀ ਉਮਰ ਦੇ ਬੱਚੇ ਜਿਹੜੇ ਨੇ ਬੜੇ ਉਤਸ਼ਾਹਿਤ ਨੇ ਔਰ ਪੱਗ ਬੰਨ੍ਹਣ ਦੇ ਲਈ, ਪ੍ਰਾਈਜ਼ ਲੈਣ ਦੇ ਲਈ ਬੜੀ ਵਧੀਆ ਸੋਚ ਹੈ, ਕਿਉਂਕਿ ਛੋਟੀ ਉਮਰ ਜੇ ਚਿਣਕ ਵਧੀਆ ਲੱਗ ਜਾਵੇ ਤਾਂ ਮੈਨੂੰ ਲੱਗਦਾ ਕਿ ਆਉਣ ਵਾਲੀਆਂ ਪੀੜ੍ਹੀਆਂ, ਆਉਣ ਵਾਲੀਆਂ ਨਸਲਾਂ ਵੀ ਜਿਹੜੀਆਂ ਸਿੱਖੀ ਸਰੂਪ ਨੂੰ, ਸਿੱਖੀ ਸਰੂਪ ਦੇ ਵਿੱਚ ਆਉਣ ਦੇ ਵਿੱਚ ਮਾਣ ਮਹਿਸੂਸ ਕਰਨਗੀਆਂ। ਸੋ ਗੁਰਪ੍ਰੀਤ ਸਿੰਘ ਢਿੱਲੋਂ ਵੱਲੋਂ ਕੀਤਾ ਗਿਆ ਇਹ ਨੇਕ ਉਪਰਾਲਾ ਔਰ ਉਹਦੇ ਨਾਲ ਮੋਢਾ ਲਾ ਕੇ ਚੱਲ ਰਹੇ ਨੇ ਬਹੁਤ ਸਾਰੇ ਜਿਹੜੇ ਭਰਾ ਨੇ, ਬਹੁਤ ਸਾਰੇ ਵੀਰ ਨੇ, ਲੇਕਿਨ ਫਾਈਨੈਂਸ਼ਲੀ ਸਪੋਰਟ ਸਭ ਤੋਂ ਵੱਡੀ ਸਪੋਰਟ ਹੁੰਦੀ ਹੈ ਕਿਸੇ ਵੀ ਕੰਮ ਨੂੰ, ਕਿਸੇ ਵੀ ਕਾਰਜ ਨੂੰ ਕਰਨ ਲਈ, ਨੇਪਰੇ ਚਾੜਨ ਲਈ, ਉਹਨੂੰ ਸ਼ੁਰੂਆਤ ਕਰਨ ਲਈ। ਸੋ ਇੱਕ ਅਜਿਹਾ ਪਰਿਵਾਰ ਜੋ ਕਿ ਗੁਰਪ੍ਰੀਤ ਸਿੰਘ ਢਿੱਲੋਂ ਦੇ ਨਾਲ
ਖੜਾ ਹੈ ਬਿਲਕੁਲ ਹੌਸਲੇ ਦੇ ਨਾਲ ਨਾਲ ਫਾਈਨੈਂਸ਼ੀਅਲੀ ਸਪੋਰਟ ਵੀ ਕਰ ਰਿਹਾ ਵੀਰ ਬਚਿੱਤਰ ਸਿੰਘ ਮੇਰੇ ਨਾਲ ਮੌਜੂਦ ਨੇ ਉਹਨਾਂ ਦੇ ਪਰਿਵਾਰ ਦੇ ਫੈਮਿਲੀ ਮੈਂਬਰ ਜਿਹੜੇ ਨੇ ਦੋ ਭਰਾ ਨੇ ਯੂਕੇ ਅਤੇ ਕੈਨੇਡਾ ਦੇ ਵਿੱਚ ਗਏ ਨੇ ਉਹ ਪੂਰਾ ਪੂਰਾ ਸਪੋਰਟ ਜਿਹੜਾ ਹੈ ਕਰ ਰਹੇ ਨੇ ਗੁਰਪ੍ਰੀਤ ਸਿੰਘ ਢਿੱਲੋਂ ਜੀ ਹੁਣਾਂ ਨੂੰ ਸੋ ਬਚਿੱਤਰ ਸਿੰਘ ਜੀ ਇੱਥੇ ਮੌਜੂਦ ਨੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਵੀਰ ਜੀ ਤੁਹਾਡੀ ਸਪੋਰਟ ਜਿਹੜੀ ਹੈ ਬਹੁਤ ਵੱਡੀ ਔਰ ਬਹੁਤ ਇੰਪੋਰਟੈਂਟ ਸਪੋਰਟ ਹੈ ਕਿਉਂਕਿ ਪੈਸੇ ਤੋਂ ਬਿਨਾਂ ਕੋਈ ਵੀ ਕੰਮ ਜਿਹੜਾ ਹੈ ਉਹ ਸਿਰੇ ਨਹੀਂ ਚੜ੍ਹਦਾ ਔਰ ਅਧੂਰਾ ਹੁੰਦਾ ਸੋ ਕਿੰਨਾ ਸਮਾਂ ਹੋ ਗਿਆ ਕਿੰਨੇ ਸਾਲ ਹੋ ਗਏ ਆ ਵੀਰ ਢਿੱਲੋਂ ਜੀ ਨੂੰ ਇਸ ਉਪਰਾਲੇ ਨੂੰ ਕਰਦੇ ਹਾਂ ਇਹਨਾਂ ਨੂੰ ਅਸੀਂ ਕਾਫੀ ਟਾਈਮ ਤੋਂ ਜਾਣ ਰਹੇ ਛੋਟੇ ਛੋਟੇ ਉਪਰਾਲੇ ਪਹਿਲੇ ਗੁਰਦੁਆਰਾ ਸਾਹਿਬ ਵਿੱਚ ਕਰਦੇ ਹੁੰਦੇ ਸੀ ਅਤੇ ਇਹਨਾਂ ਨੇ ਕੁਛ ਸਮੇਂ ਤੋਂ ਇਹਨਾਂ ਨੇ ਕਾਲਜਾਂ ਵਗੈਰਾ ਅਤੇ ਹੋਰ ਵੀ ਸੰਸਥਾਵਾਂ ਵਿੱਚ ਜਾ ਕੇ ਪੱਗ ਬੰਨਣੀ ਫ੍ਰੀ ਸਿਖਾਉਂਦੇ ਨੇ ਠੀਕ ਆ ਹੁਣ ਇਹ ਵੀ ਵੀਰ ਨੇ ਸਾਡੇ ਨਾਲ ਇਹ ਸਲਾਹ ਕੀਤੀ ਸੀਗੀ ਆਪਾਂ ਇੱਕ ਵਿਸਾਖੀ 'ਤੇ ਦਸਤਾਰ ਮੁਕਾਬਲਾ ਕਰਵਾਉਣਾ ਹੈ ਦੋ ਛੋਟੇ ਭਰਾ ਇੱਕ ਚਮਕੌਰ ਸਿੰਘ ਚੀਮਾ ਜੀ ਕੈਨੇਡਾ ਤੋਂ ਅਤੇ ਹਰਪ੍ਰੀਤ ਸਿੰਘ ਯੂਕੇ ਤੋਂ ਜਿਨ੍ਹਾਂ ਦਾ ਅਸੀਂ ਇਹ ਕੰਪੀਟੀਸ਼ਨ ਬਾਰੇ ਗੱਲ ਕੀਤੀ ਸੀ ਜਿਨ੍ਹਾਂ ਨੇ ਸਾਨੂੰ ਬਹੁਤ ਫਾਈਨੈਂਸ਼ੀਅਲੀ ਵੀ ਸਪੋਰਟ ਕੀਤੀ ਤਾਂ ਉਹਨਾਂ ਨੇ ਸਹਿਯੋਗ ਦਿੱਤਾ ਔਰ ਗਾਈਡੈਂਸ ਵੀ ਕੀਤੀ ਔਰ ਜੋ ਹਰਪ੍ਰੀਤ ਸਿੰਘ ਜੀ ਛੀਨਾ ਜੀ ਉਹ ਉੱਥੇ ਵਿਦੇਸ਼ 'ਚ ਰਹਿ ਕੇ ਵੀ ਟਰਬਨ ਦੀ ਫ੍ਰੀ ਸਿਖਲਾਈ ਦੇ ਰਹੇ ਨੇ ਅਤੇ ਉਹ ਚੜ੍ਹਦੀ ਕਲਾ ਟਰਬਨ ਅਕੈਡਮੀ ਦੇ ਨਾਂ ਤੋਂ ਉਹ ਚਲਾ ਰਹੇ ਨੇ ਕਾਫੀ ਸਮੇਂ ਤੋਂ ਜਿਨ੍ਹਾਂ ਦਾ ਸਾਨੂੰ ਬਹੁਤ ਸਹਿਯੋਗ ਹੈ ਅਤੇ ਸਾਡਾ ਸਾਥ ਵੀ ਸਾਨੂੰ ਦੇ ਰਹੇ ਨੇ ਅਤੇ ਚਮਕੌਰ ਸਿੰਘ ਚੀਮਾ ਜੀ ਦਾ ਵੀ ਬਹੁਤ ਸਹਿਯੋਗ ਆ ਉਹ ਵੀ ਗੁਰਸਿੱਖ ਫੈਮਿਲੀ ਨਾਲ ਰਿਲੇਟਡ ਨੇ ਜਿਹੜਾ ਕਿ ਦਸਤਾਰ ਨੂੰ ਲੈ ਕੇ ਬਹੁਤ ਉਤਸ਼ਾਹਿਤ ਨੇ ਬਹੁਤ ਸਮੇਂ ਸਮੇਂ 'ਤੇ ਸਾਨੂੰ ਪ੍ਰੇਰਨ ਕਰਨ ਲਈ ਉਤਸ਼ਾਹਿਤ ਕਰਦੇ ਰਹਿੰਦੇ ਕਿ ਤੁਸੀਂ ਇਸ ਤਰ੍ਹਾਂ ਦੇ ਕੈਂਪ ਲਗਾਓ ਪਿੰਡਾਂ 'ਚ ਲਗਾਓ ਸਕੂਲਾਂ 'ਚ ਲਗਾਓ ਅਤੇ ਸਾਡਾ ਸਾਥ ਤੁਹਾਡੇ ਨਾਲ ਹਮੇਸ਼ਾ ਰਹੇਗਾ ਕਿਸੇ ਵੀ ਸਪੋਰਟ ਦੀ ਲੋੜ ਆ ਕੋਈ ਫਾਈਨੈਂਸ਼ੀਅਲੀ ਦੀ ਹੋਵੇ ਕਿ ਸਾਨੂੰ ਜਦੋਂ ਮਰਜ਼ੀ ਕਾਲ ਕਰੋ ਅਸੀਂ ਤੁਹਾਡੇ ਨਾਲ ਮੁੱਢੇ ਨਾਲ ਮੁੱਢਾ ਲਾ ਕੇ ਖੜੇ ਹਾਂ ਸੋ ਤੁਸੀਂ ਢਿੱਲੋਂ ਵੀਰ ਜੀ ਦੇ ਨਾਲ ਕਦੋਂ ਤੋਂ ਜੁੜੇ ਹੋਏ ਕਿਉਂਕਿ ਉਹਨਾਂ ਨੂੰ ਤਾਂ ਕਾਫੀ ਲੰਬਾ ਸਮਾਂ ਹੋ ਗਿਆ 11-12 ਸਾਲ ਹੋ ਗਏ ਨੇ ਅਬਾਊਟ ਇੰਨਾ ਸਮਾਂ ਤਾਂ ਹੋ ਹੀ ਗਿਆ ਉਹਨਾਂ ਨੂੰ ਇੱਦਾਂ ਦੇ ਮੁਕਾਬਲੇ ਮਤਲਬ ਦਸਤਾਰ ਸੰਬੰਧੀ ਮੁਕਾਬਲੇ ਕਰਾਉਂਦੇ ਔਰ ਨਾਲ ਦੀ ਨਾਲ ਕੋਚਿੰਗ ਦਿੰਦੇ ਹਨ ਐਕਚੁਅਲੀ ਪਹਿਲਾਂ ਮੈਂ ਵੀ ਸਿੱਖੀ ਸਰੂਪ 'ਚ ਨਹੀਂ ਸੀ ਅਤੇ ਮੈਂ ਇਹਨਾਂ ਕੋਲ ਪੱਗ ਬਣਾਉਣ ਜਾਂਦਾ ਹੁੰਦਾ ਸੀ ਵਿਆਹ ਸ਼ਾਦੀ 'ਤੇ ਹਾਂਜੀ ਅਤੇ ਫਿਰ ਥੋੜ੍ਹੀ ਜਿਹੀ ਇਹਨਾਂ ਦੇ ਵੱਲ ਵੇਖ ਕੇ ਥੋੜ੍ਹੀ ਚੇਤਨਾ ਆਈ ਅਤੇ ਮੈਂ ਵੀ ਦਸਤਾਰ ਖੁਦ ਸਜਾਉਣੀ ਚਾਹੀ ਅਤੇ ਆਪਣੇ ਸਿੱਖੀ ਸਰੂਪ 'ਚ ਵਾਪਿਸ ਆ ਗਿਆ ਅਤੇ ਹੁਣ ਇਹਨਾਂ ਨੂੰ ਜਾਣ 10 ਸਾਲ ਤੋਂ ਮੈਂ ਜਾਣਦਾ ਸੀ ਇੱਕ ਰੋਡ 'ਤੇ ਹੀ ਰਹਿੰਦੇ ਹਾਂ ਅੱਛਾ ਵੀਰ ਜੀ ਮੈਂ ਇੱਕ ਗੱਲ ਪੁੱਛਣੀ ਚਾਹੁੰਦੀ ਹਾਂ ਕਿ ਛੋਟੇ ਹੁੰਦੇ ਆ ਨਾ ਮਾਵਾਂ ਤੇਲ ਚੋਪੜ ਚੋਪੜ ਕੇ ਹੈ ਨਾ ਟੇਢ ਪੰਜਾਬੀ 'ਚ ਗੱਲ ਕਰਦੇ ਹਾਂ ਤੇਲ ਲਗਾ ਲਗਾ ਕੇ ਦੇਸੀ ਘਿਓ ਦੀ ਮਸਾਜ ਕਰਕੇ ਭਾਵੇਂ ਧੀ ਹੈ ਪੁੱਤ ਹੈ ਉਹਨਾਂ ਦੇ ਵਾੜ ਉਹਨਾਂ ਨੂੰ ਹੁੰਦਾ ਕਿ ਆਪਣੇ ਹੱਥੀਂ ਵਾਹੁਣੇ ਨਵਾਉਣੇ ਅਤੇ ਗੁੰਦਣੇ ਹੈ ਨਾ ਸੋ ਜਿੱਦਾਂ ਜਿੱਦਾਂ ਬੱਚਾ ਜਵਾਨ ਹੁੰਦਾ ਉਹਨੂੰ ਲੱਗਦਾ ਕਿ ਹੁਣ ਆਪਣੇ ਆਪ ਪਟਕੀ ਬੰਨਣੀ ਆ ਗਈ ਹੈ ਨਾ ਪੱਗ ਬੰਨਣੀ ਹੈਗੇ ਸੋ ਵੱਧਦਾ ਹੈ ਸੋ ਉਸ ਤੋਂ ਬਾਅਦ ਉਹਨੂੰ ਲੱਗਦਾ ਕਿ ਕੋਈ ਫਾਇਦਾ ਨਹੀਂ ਹੈਗਾ ਇੱਕ ਤਾਂ ਨਾ ਨਹਾਉਣ ਦਾ ਮਤਲਬ ਪੰਗਾ ਜਿਹਾ ਹੁੰਦਾ ਨਾ ਮਤਲਬ ਉਹਨਾਂ ਨੂੰ ਲੱਗਦਾ ਜਿਨ੍ਹਾਂ ਨੇ ਵਾਲ ਕਟਾਉਣੇ ਹੁੰਦੇ ਸੋ ਉਹਨਾਂ ਕੋਲ ਬਹਾਨੇ ਬਹੁਤ ਹੁੰਦੇ ਸੋ ਤੁਹਾਨੂੰ ਕੀ ਲੱਗਦਾ ਕਿ ਤੁਹਾਡਾ ਵੀ ਕੋਈ ਮਾਇੰਡ ਦੇ ਵਿੱਚ ਇੱਦਾਂ ਦਾ ਕੁਝ ਸੀਗਾ ਜਾਂ ਤੁਸੀਂ ਸ਼ੁਰੂ ਤੋਂ ਪਹਿਲੇ ਛੋਟੇ ਹੁੰਦਿਆਂ ਜੁੜੀ ਹੁੰਦੀ ਸੀ ਪਟਕੀ ਬੰਨ੍ਹਦੇ ਹੁੰਦੇ ਸੀ ਫਿਰ ਕਟਿੰਗ ਕਰਾਈ ਜਾਂ ਪਹਿਲੇ ਹੀ ਕੋਨੇ ਮੋਨੇ ਸੀ ਕਟਿੰਗ ਵਾਲੇ ਸੀ ਨਹੀਂ ਜੀ ਮੈਂ ਸਰਦਾਰ ਸੀ ਸ਼ੁਰੂ ਤੋਂ ਜੀ ਮੈਂ ਪਲੱਸ 1 'ਚ ਸਪੋਰਟਸ ਕਰਕੇ ਮੈਂ ਦੇਖੋ ਦੇਖੀ ਬਹਾਨਾ ਕਟਿੰਗ ਕਰਵਾ ਲਈ ਜਿਸ ਕਰਕੇ ਫੈਮਿਲੀ ਵੀ ਕਾਫੀ ਮੇਰੇ ਨਾਲ ਨਿਰਾਸ਼ ਰਹੀ ਚਲੋ ਫਿਰ ਮੈਂ ਹੁਣ ਫਿਰ ਇਸੇ ਆਪਣੇ ਸਰੂਪ 'ਚ ਆ ਗਿਆ ਵਾਪਸ ਅਤੇ ਫੈਮਿਲੀ ਬਹੁਤ ਖੁਸ਼ ਆ ਬਹੁਤ ਵਧੀਆ ਲੱਗਦਾ ਜਦੋਂ ਇੱਦਾਂ ਦੇ ਵੀਰਾਂ ਦੇ ਨਾਲ ਗੱਲ ਕਰਦੇ ਹਾਂ ਜਿਹੜੇ ਸਿੱਖੀ ਰੂਪ ਦੇ ਵਿੱਚ ਸਿੱਖੀ ਸਰੂਪ ਦੇ ਵਿੱਚ ਸੱਜੇ ਹੁੰਦੇ ਨੇ ਔਰ ਕਿਸੇ ਵੀ ਤਰ੍ਹਾਂ ਦੀ ਡਰੈਸ ਉਹਨਾਂ ਨੇ ਪਾਈ ਹੋਵੇ ਭਾਵੇਂ ਕਮੀਜ਼ ਪਜਾਮਾ ਪਾਇਆ ਹੋਵੇ ਭਾਵੇਂ ਕੁੜਤਾ ਚਾਦਰਾ ਬੰਨਿਆ ਹੋਵੇ ਭਾਵੇਂ ਪੈਂਟ ਸ਼ਰਟ ਪਾਈ ਹੋਵੇ ਭਾਵੇਂ ਪੈਂਟ ਕੋਟ ਪਾਇਆ ਹੋਵੇ ਕੁਛ ਵੀ ਪਾਇਆ ਹੋਵੇ ਕੁਛ ਵੀ ਵੀਅਰ ਕੀਤਾ ਹੋਵੇ ਲੇਕਿਨ ਉੱਪਰ ਸਜਾਈ ਹੋਵੇ ਦਸਤਾਰ ਅਤੇ ਸੋਹਣੀ ਜਿਹੀ ਦਾੜੀ ਹੋਵੇ ਅਤੇ ਵਾਕਈ ਬੱਲੇ ਬੱਲੇ ਹੋ ਜਾਂਦੀ ਹੈ ਜਿੱਥੋਂ ਵੀ ਲੰਘਦੇ ਨੇ ਲੋਕ ਉਹਨਾਂ ਨੂੰ ਸਲਾਮਾਂ ਕਰਦੇ ਨੇ ਕਿਉਂਕਿ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਵੀ ਜੇਕਰ ਇੱਕ ਸਰਦਾਰ ਖੜ੍ਹਾ ਹੋਵੇ ਤਾਂ ਉਹ ਵੱਖਰਾ ਹੀ ਪਤਾ ਲੱਗਦਾ ਕਿ ਵਾਕਈ ਇਹ ਸਿੱਖ ਹੈ ਸਿੱਖੀ ਰੂਪ ਦੇ ਵਿੱਚ ਸੱਜਿਆ ਹੋਇਆ ਔਰ ਬਹੁਤ ਸੋਹਣਾ ਲੱਗਦਾ ਬਹੁਤ ਵਧੀਆ ਨੇਕ ਉਪਰਾਲਾ ਗੁਰਪ੍ਰੀਤ ਸਿੰਘ ਢਿੱਲੋਂ ਜੀ ਵੱਲੋਂ 2019 ਵਿਸਾਖੀ ਅੱਜ 13 ਤਰੀਕ ਹੈ ਵਿਸਾਖੀ ਦਾ ਦਿਹਾੜਾ ਅਤੇ ਅੱਜ ਦੇ ਦਿਨ ਗੁਰਪ੍ਰੀਤ ਸਿੰਘ ਢਿੱਲੋਂ ਜੀ ਵੱਲੋਂ ਇਹ ਨੇਕ ਉਪਰਾਲਾ ਕੀਤਾ ਜਾ ਰਿਹਾ ਬਹੁਤ ਵਧੀਆ ਸੋਚ ਹੈ ਦਸਤਾਰ ਮੁਕਾਬਲਾ 2019 ਔਰ ਨਾਲ ਦੀ ਨਾਲ ਬਚਿੱਤਰ ਸਿੰਘ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਬਚਿੱਤਰ ਸਿੰਘ ਦੇ ਭਰਾ ਯੂਕੇ ਅਤੇ ਕੈਨੇਡਾ ਗਏ ਹੋਏ ਨੇ ਉਹਨਾਂ ਦੀ ਫੁੱਲ ਸਪੋਰਟ ਫਾਈਨੈਂਸ਼ੀਅਲੀ ਸਪੋਰਟ ਜਿਹੜੀ ਹੈ ਇਸ ਸੰਸਥਾ ਨੂੰ ਹੈ ਕਿਉਂਕਿ ਪੈਸੇ ਤੋਂ ਬਿਨਾਂ ਵੀ ਕੋਈ ਕੰਮ ਸਿਰੇ ਨਹੀਂ ਚੜ੍ਹਦਾ ਪੈਸਾ ਇਸ ਕਰਕੇ ਚਾਹੀਦਾ ਇਹ ਪੱਗਾਂ ਨਹੀਂ ਬੱਚਿਆਂ ਨੂੰ ਦਿੰਦੇ
ਇੱਕ ਜਿੱਥੇ ਪ੍ਰੋਗਰਾਮ ਔਰਗਨਾਈਜ਼ ਕਰਨਾ ਹੁੰਦਾ ਹੈ ਉਹ ਇੱਕ ਜਗ੍ਹਾ ਚਾਹੀਦੀ ਹੁੰਦੀ ਹੈ, ਉਹ ਵੀ ਰੈਂਟ 'ਤੇ ਲਈ ਜਾਂਦੀ ਹੈ, ਨਾਲ ਦੀ ਨਾਲ ਬੱਚਿਆਂ ਨੂੰ ਪਾਣੀ, ਚਾਹ, ਰਿਫਰੈਸ਼ਮੈਂਟ ਵਾਸਤੇ, ਔਰ ਨਾਲ ਦੀ ਨਾਲ ਜਿਹੜਾ ਪਰਿਵਾਰ ਬੱਚਿਆਂ ਦੇ ਫੈਮਿਲੀ ਮੈਂਬਰਸ ਆਏ ਨੇ ਉਹਨਾਂ ਨੂੰ ਲੰਚ ਜਾਂ ਜੋ ਵੀ ਖਾਣ ਨੂੰ ਫੈਸਿਲਿਟੀ ਹੁੰਦੀ ਹੈ ਉਹ ਤੁਹਾਨੂੰ ਪਤਾ ਹੈ ਕਿ ਪੈਸੇ ਤੋਂ ਬਿਨਾਂ ਨਹੀਂ ਹੋਣੀ। ਸੋ ਇੱਦਾਂ ਦੀਆਂ ਹੋਰ ਬਹੁਤ ਸਾਰੀਆਂ ਚੀਜ਼ਾਂ, ਔਰ ਨਾਲ ਦੀ ਨਾਲ ਫਸਟ, ਸੈਕਿੰਡ, ਥਰਡ ਜਿਹੜਾ ਬੱਚਾ ਆਉਂਦਾ ਉਹਨਾਂ ਨੂੰ ਸਾਰਿਆਂ ਨੂੰ ਸਰਟੀਫਾਈਡ ਸਰਟੀਫਿਕੇਟ, ਮੈਡਲਸ, ਦੈਨ ਜਿਹੜੇ ਕੈਸ਼ ਪ੍ਰਾਈਜ਼ ਹੈਗੀ ਆ ਉਹ ਵੀ ਦੇਣੀ ਜ਼ਰੂਰੀ ਹੁੰਦੀ ਹੈ। ਇਸ ਕਰਕੇ ਬਚਿੱਤਰ ਸਿੰਘ ਜੀ ਅਤੇ ਉਹਨਾਂ ਦੇ ਭਰਾਵਾਂ ਵੱਲੋਂ, ਵੀਰਾਂ ਵੱਲੋਂ ਜਿਹੜੇ ਵੀ ਫਾਈਨੈਂਸ਼ਲੀ ਸਪੋਰਟ, ਜਿੰਨੀ ਵੀ ਸਪੋਰਟ ਉਹ ਕਰ ਰਹੇ ਨੇ, ਉਹਨਾਂ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਜੇ ਇੱਦਾਂ ਦੇ ਉਪਰਾਲਿਆਂ ਨੂੰ ਹੋਰ ਉਤਸ਼ਾਹਿਤ ਕਰਨ ਲਈ ਬਹੁਤ ਸਾਰੇ ਪਰਿਵਾਰ, ਸਿੱਖ ਪਰਿਵਾਰ ਜੁੜਨ, ਤਾਂ ਮੈਨੂੰ ਲੱਗਦਾ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ, ਆਉਣ ਵਾਲੇ ਬੀਜ ਪੁੰਗਰਨ ਦੇ ਨਾਲ ਨਾਲ ਹੀ ਸਿੱਖੀ ਰੂਪ ਦੇ ਵਿੱਚ ਸੱਜਣਗੇ। ਸੋ ਕੀ ਮੈਸੇਜ ਦੇਣਾ ਚਾਹੁੰਦੇ ਹੋ? ਮੈਸੇਜ ਇਹੋ ਦੇਣਾ, ਅੱਜ ਦੇ ਦਿਨ ਸਾਡੇ ਖਾਲਸਾ ਪੰਥ ਦੀ ਸਾਜਨਾ ਹੋਈ ਸੀ ਅਤੇ ਇਸ ਕਰਕੇ ਮੈਂ ਸਾਰਿਆਂ ਨੂੰ ਇਹੋ ਕਰਦਾ ਕਿ ਆਪਣੇ ਬੱਚਿਆਂ ਨੂੰ ਸਿੱਖੀ ਨਾਲ ਸੰਭਾਲ ਕੇ ਦੱਸੋ, ਉਹਨਾਂ ਨੂੰ ਸਿੱਖ ਇਤਿਹਾਸ ਬਾਰੇ ਦੱਸੋ ਅਤੇ ਜਿਹੜੇ ਕਿ ਉਹ ਇੱਥੋਂ ਬੇਮੁੱਖ ਨਾ ਹੋ ਗਏ, ਕੋਈ ਕਟਿੰਗ ਨਾ ਕਰਾ ਲਏ, ਕੋਈ ਵਾਲ ਨਾ ਕਰਾ ਲਏ ਅਤੇ ਜੁੜੇ ਰਹਿਣ। ਆਪਾਂ ਇਸ ਤਰ੍ਹਾਂ ਦੇ ਛੋਟੇ ਮੋਟੇ ਉਪਰਾਲੇ ਕਰਦੇ ਰਹਾਂਗੇ। ਸਾਡਾ ਪਲਾਨ ਹੈਗਾ ਸਮਰ 'ਚ, ਵਕੇਸ਼ਨ 'ਚ, ਕਿ ਅਸੀਂ ਭੰਗੜਾ ਅਤੇ ਦਸਤਾਰਬੰਦੀ ਦੀ ਕੋਚਿੰਗ ਕੈਂਪ 15 ਦਿਨ ਦਾ ਲਗਾਈਏ। ਉਹਦੇ ਬਾਰੇ ਵਿਚਾਰ ਵਟਾਂਦਰਾ ਲੱਗ ਗਿਆ, ਵਿਚਾਰ ਵਟਾਂਦਰਾ ਹੋ ਰਿਹਾ ਅਤੇ ਛੇਤੀ ਹੀ ਡੇਟ ਅਨਾਊਂਸ ਕਰ ਦਿੱਤੀ ਜਾਏਗੀ। ਬਹੁਤ ਵਧੀਆ ਸੋਚ ਦੇ ਨਾਲ ਨਾਲ ਆਉਣ ਵਾਲੇ ਪਲੈਨਿੰਗਸ ਵੀ ਜਿਹੜੀਆਂ ਬਚਿੱਤਰ ਸਿੰਘ ਵੀਰ ਜੀ ਹੋਣਾਂ ਵੱਲੋਂ ਦੱਸੀਆਂ ਗਈਆਂ ਨੇ ਕਿ ਆਉਣ ਵਾਲੇ ਸਮਰ ਵਕੇਸ਼ਨਸ ਦੇ ਵਿੱਚ ਜਦੋਂ ਬੱਚਿਆਂ ਨੂੰ ਗਰਮੀ ਦੀਆਂ ਛੁੱਟੀਆਂ ਹੋਣੀਆਂ, ਸੋ 1 ਜਾਂ 2 ਘੰਟੇ ਦਾ ਜਦੋਂ ਵੀ ਟਾਈਮ ਮਿੱਥਿਆ ਜਾਏਗਾ ਉਸ ਸਮੇਂ ਦੇ ਵਿੱਚ ਇੱਕ ਪਲੇਸ 'ਤੇ ਕੋਚਿੰਗ ਸੈਂਟਰ ਦੇ ਵਿੱਚ ਉਹਨਾਂ ਨੂੰ ਦਸਤਾਰ ਬੰਨਣੀ ਸਿਖਾਈ ਜਾਏਗੀ। ਹਰ ਬੱਚਾ, ਹਰ ਵਰਗ ਦਾ ਬੱਚਾ, ਜਵਾਨ, ਨੌਜਵਾਨ ਜਾਂ ਬਜ਼ੁਰਗ ਜਿਨ੍ਹਾਂ ਨੂੰ ਨਹੀਂ ਵੀ ਬੰਨਣੀ ਆਉਂਦੀ, ਜਿਹੜੇ ਸਿੱਖੀ ਰੂਪ ਦੇ ਵਿੱਚ ਨਹੀਂ ਹੈਗੇ, ਉਹ ਵੀ ਉੱਥੇ ਆ ਸਕਦੇ ਨੇ। ਸੋ ਉਹਦੇ ਵਾਸਤੇ ਕੋਈ ਫੀਸ ਵੀ ਲੱਗੇਗੀ ਜਾਂ ਮਤਲਬ ਫ੍ਰੀ ਦੇ ਵਿੱਚ ਹੋਏਗਾ? ਨਹੀਂ, ਫ੍ਰੀ ਆਫ ਕੋਸਟ ਹੀ ਹੋਏਗਾ ਜੀ, ਕੋਈ ਫੀਸ ਨਹੀਂ ਹੋਏਗੀ। ਠੀਕ ਹੈ ਜੀ। ਸੋ ਬਹੁਤ ਵਧੀਆ ਗੱਲ ਹੈ ਬਚਿੱਤਰ ਸਿੰਘ ਔਰ ਉਹਨਾਂ ਦੇ ਪਰਿਵਾਰ ਵੱਲੋਂ ਜਿਹੜੀ ਫਾਈਨੈਂਸ਼ਲੀ ਸਪੋਰਟ ਗੁਰਪ੍ਰੀਤ ਸਿੰਘ ਢਿੱਲੋਂ ਜੀ ਨੂੰ ਕੀਤੀ ਜਾ ਰਹੀ ਹੈ, ਬਹੁਤ ਵਧੀਆ ਗੱਲ ਹੈ। ਔਰ ਸਭ ਤੋਂ ਵੱਡੀ ਖੁਸ਼ੀ ਮੈਨੂੰ ਇਸ ਗੱਲ ਦੀ ਹੋਈ ਕਿ ਵੀਰ ਜੀ ਨੇ ਸੱਚ ਦੱਸਿਆ ਕਿ ਪਹਿਲੇ ਸਰਦਾਰ ਸੀ, ਉਸ ਤੋਂ ਬਾਅਦ ਕਾਲਜ ਦੇ ਵਿੱਚ ਜਾ ਕੇ ਦੂਜੇ ਫਰੈਂਡ ਸਰਕਲ ਨੂੰ ਦੇਖ ਕੇ ਉਹਨਾਂ ਨੇ ਬਾਲ ਕਟਵਾਲੇ, ਲੇਕਿਨ ਢਿੱਲੋਂ ਵੀਰ ਜੀ ਹੁਣਾਂ ਨੂੰ ਦੇਖ ਕੇ ਜਦੋਂ ਪੱਗ ਬੰਨਣ ਆਉਂਦੇ ਸੀ, ਕਿਉਂਕਿ ਜਿਹੜੇ ਮੁੰਡਿਆਂ ਨੂੰ ਪੱਗਾਂ ਨਹੀਂ ਬੰਨਣੀਆਂ ਆਉਂਦੀਆਂ ਵਿਆਹ ਸ਼ਾਦੀ ਅਤੇ ਜਾਂ ਕਿਸੇ ਦਿਨ ਤਿਉਹਾਰ 'ਤੇ, ਜਦੋਂ ਉਹਨਾਂ ਨੂੰ ਲੱਗਦਾ ਕਿ ਹੁਣ ਵੱਖਰਾ ਜਿਹਾ ਕੁਛ ਕਰਨਾ ਹੈ, ਵੱਖਰਾ ਜਿਹਾ ਰੂਪ ਆਪਣੀ ਜਿਹੜੀ ਦਿੱਖ ਦੇਣੀ ਹੈ, ਤਾਂ ਉਹ ਜ਼ਰੂਰ ਪੱਗ ਬੰਨਦੇ ਨੇ। ਸੋ ਉਸ ਸਮੇਂ ਵੀ ਜਿਹਨਾਂ ਨੂੰ ਇਹ ਸੋਚ ਜਿਹੜੀ ਹੈ ਲੱਗੀ ਤਾਂ ਬਹੁਤ ਵਧੀਆ ਗੱਲ ਹੈ। ਧੰਨਵਾਦ ਵੀਰ ਜੀ। ਸੋ ਇਸ ਪ੍ਰੋਗਰਾਮ ਨੂੰ ਹੋਰ ਵੀ ਚਾਰ ਚੰਦ ਲਾਉਣ ਦੇ ਲਈ ਉਹ ਸ਼ਖਸੀਅਤ ਮੌਜੂਦ ਹੈ, ਇੱਥੇ ਮੇਰੇ ਨਾਲ ਬੈਠੇ ਹੋਏ ਨੇ। ਭਾਵੇਂ ਉਹਨਾਂ ਦੀ ਉਮਰ ਛੋਟੀ ਹੈ, ਲੇਕਿਨ ਛੋਟੀ ਉਮਰ ਦੇ ਵਿੱਚ ਬਹੁਤ ਵੱਡੀ ਪੁਲਾਂਗ ਪੱਟੀ ਹੈ, ਜਿਨ੍ਹਾਂ ਨੇ ਸਿੱਖ ਸਿਧਾਂਤਾਂ ਨੂੰ ਪ੍ਰਮੋਟ ਕਰਨ ਦੇ ਲਈ ਇੱਕ ਮੂਵੀ ਕੀਤੀ ਸੀ, ਔਰ ਬਹੁਤ ਵਧੀਆ ਮੂਵੀ। ਜੇ ਤੁਸੀਂ ਉਹ ਦੇਖੀ ਹੋਵੇ ਤਾਂ ਉਸ ਮੂਵੀ ਦਾ ਨਾਮ ਹੈ ਜੀ ਪ੍ਰਾਊਡ ਟੂ ਬੀ ਅ ਸਿੱਖ। ਸੋ ਉਸ ਸਿੰਘਣੀ ਦਾ ਨਾਮ ਹੈ ਗਗਨਦੀਪ ਕੌਰ, ਗਗਨਦੀਪ ਮੇਰੇ ਨਾਲ ਬੈਠੀ ਹੈ। ਸੋ ਮੈਨੂੰ ਵੀ ਬਹੁਤ ਮਾਣ ਮਹਿਸੂਸ ਹੋ ਰਿਹਾ ਇੱਦਾਂ ਦੀਆਂ ਸ਼ਖਸੀਅਤਾਂ ਨੂੰ ਜਦੋਂ ਮਿਲਦੇ ਹਾਂ। ਸੋ ਉਹਨਾਂ ਦੇ ਨਾਲ ਬੈਠ ਕੇ ਆਪਣੇ ਆਪ ਨੂੰ ਵਾਕਈ ਪਰਮਾਤਮਾ ਦੀ ਮਿਹਰ ਆਸ਼ੀਰਵਾਦ ਵਾਂਗ ਲੱਗਦਾ ਹੈ ਕਿ ਇੱਦਾਂ ਦੇ ਜਿਹੜੇ ਯੰਗ ਯੂਥ ਨੇ, ਭਾਵੇਂ ਇੱਦਾਂ ਦੀ ਬੱਚੀਆਂ ਨੇ ਜਾਂ ਬੱਚੇ ਨੇ, ਉਹ ਛੋਟੀ ਉਮਰ ਦੇ ਵਿੱਚ ਬਹੁਤ ਵਧੀਆ ਸੋਚ 'ਤੇ ਚੱਲਦੇ ਨੇ, ਔਰ ਆਉਣ ਵਾਲੀਆਂ ਪੀੜ੍ਹੀਆਂ ਵਾਕਈ ਸਿੱਖੀ ਸਿਧਾਂਤਾਂ ਨੂੰ ਲੈ ਕੇ ਔਰ ਖਾਸ ਕਰਕੇ ਸਿੱਖੀ ਸਰੂਪ ਨੂੰ ਲੈ ਕੇ ਬਹੁਤ ਅੱਗੇ ਵਧਣਗੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗਗਨਦੀਪ ਜੀ, ਬਹੁਤ ਖੁਸ਼ੀ ਹੋਈ ਹੈ ਤੁਸੀਂ ਇੱਥੇ ਐਜ਼ ਏ ਗੈਸਟ ਹੈ ਪਹੁੰਚੇ ਹੋ। ਸੋ ਤੁਹਾਨੂੰ ਕਿੱਦਾਂ ਦਾ ਲੱਗਦਾ, ਕਿਉਂਕਿ ਤੁਸੀਂ ਤਾਂ ਬਚਪਨ ਤੋਂ ਹੀ ਇਸੇ ਲਾਈਨ ਵੱਲ ਸੀ, ਸੋ ਜੇ ਮੈਸੇਜ ਕਨਵੇ ਕਰਨਾ ਚਾਹੀਏ ਆਪਾਂ ਬੱਚਿਆਂ ਨੂੰ, ਸੋ ਕੀ ਮੈਸੇਜ ਕਨਵੇ ਕਰਨਾ ਚਾਹੋਗੇ? ਪਹਿਲਾਂ ਤਾਂ ਮੇਰੇ ਲਈ ਇੱਕ ਬਹੁਤ ਮਤਲਬ ਅੱਛੀ ਗੱਲ ਹੈ ਕਿ ਮੈਂ ਐਜ਼ ਅ ਗੈਸਟ ਇੱਥੇ ਆਈ ਹਾਂ। ਮੋਰ ਓਵਰ ਛੋਟੇ ਛੋਟੇ ਬੱਚੇ ਜੋ ਪਾਰਟੀਸਪੇਟ ਕਰ ਰਹੇ ਨੇ, ਮਤਲਬ ਉਹਨਾਂ ਦੇ ਪੇਰੈਂਟਸ ਨੇ ਵੀ ਉਹਨਾਂ ਨੂੰ ਐਪਰੀਸ਼ੀਏਟ ਕੀਤਾ, ਐਂਡ ਥੋੜ੍ਹੇ ਵੱਡੀ ਏਜ ਮਤਲਬ ਏਜ ਗਰੁੱਪਸ ਦੇ ਵਿੱਚ ਡਿਵੀਜ਼ਨ ਕੀਤੀ ਗਈ ਹੈ ਇੱਥੇ, ਤਾਂ ਉਹ ਵੀ ਅੱਛੀ ਗੱਲ ਆ, ਕਿਉਂਕਿ ਹਰ ਇੱਕ ਚੀਜ਼ ਨੂੰ ਇੱਕ ਅੱਛੀ ਤਰ੍ਹਾਂ ਔਰਗੇਨਾਈਜ਼ ਕਰਨ ਦੇ ਲਈ ਮਤਲਬ ਇਹ ਚੀਜ਼ਾਂ ਜ਼ਰੂਰੀ ਨੇ। ਮੋਰ ਓਵਰ ਕਿ ਖੁਸ਼ੀ ਹੈ ਕਿ ਛੋਟੇ ਛੋਟੇ ਬੱਚੇ ਦਸਤਾਰਾਂ ਸਜਾ ਰਹੇ ਨੇ, ਐਂਡ ਉਹ ਮਤਲਬ ਕਿ ਉਹਨਾਂ ਦੇ ਅੰਦਰ ਇਸ ਚੀਜ਼ ਨੂੰ ਲੈ ਕੇ ਪਿਆਰ ਜਾਗ ਰਿਹਾ ਹੈ। ਜੇ ਅਸੀਂ ਹੁਣ ਹੀ ਇਹਨਾਂ ਦੇ ਵਿੱਚ ਇਹ ਚੀਜ਼ ਭਰ ਦਾਂਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਪਛਤਾਉਣਾ ਨਹੀਂ ਪਊਗਾ ਕਿ ਅਸੀਂ ਆਪਣੇ ਬੱਚਿਆਂ ਨੂੰ ਪ੍ਰੇਰਿਆ ਹੁੰਦਾ ਤਾਂ ਸ਼ਾਇਦ ਇਹ ਅੱਛੇ ਰਾਹ 'ਤੇ ਚੱਲਦੇ, ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਜੋ ਟਾਈਮ ਚੱਲ ਰਿਹਾ ਉਸ ਟਾਈਮ ਦੇ ਵਿੱਚ ਇਹ ਜ਼ਰੂਰੀ ਆ ਕਿ ਅਸੀਂ ਆਪਣੇ ਬੱਚਿਆਂ ਨੂੰ ਇਸ ਚੀਜ਼ ਦੇ ਪਾਸੇ ਜੋੜ ਕੇ ਰੱਖੀਏ।
ਧੰਨਵਾਦ ਗਗਨ ਜੀ, ਤੁਹਾਡੇ ਵੱਲ ਫਿਰ ਦੁਬਾਰਾ ਆਵਾਂਗੇ ਕਿਉਂਕਿ ਜੀ ਪ੍ਰੋਗਰਾਮ ਦੀ ਸ਼ੁਰੂਆਤ ਜਿਹੜੀ ਹੈ ਕੁਝ ਹੀ ਪਲਾਂ ਬਾਅਦ ਹੋ ਜਾਣੀ ਔਰ ਉਹਦੇ ਨਾਲ ਨਾਲ ਬਹੁਤ ਵੱਡੀ ਤਾਦਾਦ ਦੇ ਵਿੱਚ ਭਾਰੀ ਤਾਦਾਦ ਦੇ ਵਿੱਚ ਮੁੰਡੇ ਕੁੜੀਆਂ ਇੱਥੇ ਪਹੁੰਚੇ ਨੇ। ਵੱਖ ਵੱਖ ਵਰਗ ਜਿਹੜੀ ਉਹਨਾਂ ਦੀ ਵੰਡ ਕੀਤੀ ਗਈ ਹੈ ਉਮਰ ਦੇ ਹਿਸਾਬ ਦੇ ਨਾਲ। ਉਸ ਤੋਂ ਬਾਅਦ ਜਿਹੜੇ ਫਸਟ ਸੈਕਿੰਡ ਥਰਡ ਆਉਣਗੇ ਉਹਨਾਂ ਵਾਸਤੇ ਪੈਕੇਜ ਵੀ ਰੱਖੇ ਗਏ ਨੇ, ਉਹਨਾਂ ਨੂੰ ਮੈਡਲ ਦਿੱਤੇ ਜਾਣਗੇ, ਸਰਟੀਫਾਈਡ ਸਰਟੀਫਿਕੇਟ ਦਿੱਤੇ ਜਾਣਗੇ ਔਰ ਨਾਲ ਦੀ ਨਾਲ ਕੈਸ਼ ਵੀ ਮਿਲੇਗਾ। ਲੇਕਿਨ ਉਸ ਤੋਂ ਪਹਿਲੇ ਪੂਰੀ ਇੱਕ ਰੋਲ ਮਾਡਲ ਦੀ ਤਰ੍ਹਾਂ ਜਿਹੜੇ ਇਸ ਪੂਰੀ ਔਰਗਨਾਈਜੇਸ਼ਨ ਨੂੰ ਚਲਾ ਰਹੇ ਨੇ ਉਹਨਾਂ ਸਾਰਿਆਂ ਦਾ ਧੰਨਵਾਦ ਵੀ ਕਰਦੇ ਹਾਂ, ਕਿਉਂਕਿ ਵਧੀਆ ਸੋਚ ਦੇ ਨਾਲ ਨਾਲ ਜੇਕਰ ਉਹ ਆਪਣੇ ਨਾਲ ਨਾਲ ਦੂਸਰਿਆਂ ਨੂੰ ਵੀ ਇਸ ਚੀਜ਼ ਲਈ ਪ੍ਰਫੁੱਲਿਤ ਕਰ ਰਹੇ ਨੇ ਔਰ ਨਾਲ ਦੀ ਨਾਲ ਸਮਝਾ ਰਹੇ ਨੇ ਕਿ ਵਾਕਈ ਸਿੱਖੀ ਖੰਡਿਓ ਤਿੱਖੀ ਔਰ ਸਿੱਖੀ ਵਰਗਾ ਕਿਤੇ ਹੋਰ ਕੋਈ ਰੂਪ ਨਹੀਂ ਮਿਲਣਾ। ਕਿਉਂਕਿ ਕਹਿੰਦੇ ਨੇ ਕਿ ਸਰਦਾਰ ਜਿਹਦੇ ਹਜ਼ਾਰਾਂ ਦੇ ਵਿੱਚ ਵੀ ਜੇ ਖੜਿਆ ਹੋਵੇ ਨਾ ਤਾਂ ਵੱਖਰਾ ਹੀ ਦਿਖ ਜਾਂਦਾ ਹੈ, ਅਤੇ ਜੇਕਰ ਕਦੀ ਕਿਸੇ ਨੂੰ ਲੋੜ ਪਈ ਹੋਵੇ, ਭੀੜ ਪਈ ਹੋਵੇ, ਅਤੇ ਹਜ਼ਾਰਾਂ ਦੇ ਵਿੱਚ ਕਿਤੇ ਇੱਕ ਵੀ ਪੱਗ ਬੰਨਣ ਵਾਲਾ ਮੁੰਡਾ ਪੱਗ ਬੰਨਣ ਵਾਲਾ ਸਰਦਾਰ ਕਿਤੇ ਖੜਾ ਹੋਵੇ ਤਾਂ ਕੋਈ ਵੀ ਬੜੇ ਹੌਸਲੇ ਨਾਲ ਉਹਨੂੰ ਮਦਦ ਲਈ ਪੁਕਾਰ ਸਕਦਾ। ਇਸੇ ਕਰਕੇ ਕਹਿੰਦੇ ਨੇ ਕਿ ਸਰਦਾਰੀ ਅਤੇ ਸਰਦਾਰਾਂ 'ਤੇ ਸਾਨੂੰ ਮਾਣ ਹੋਣਾ ਚਾਹੀਦਾ। ਟਰਬਨ ਸੈਂਟਰ ਵੱਲੋਂ 2019 ਦਾ ਇਹ ਦਸਤਾਰ ਮੁਕਾਬਲਾ ਜਿਹੜਾ ਹੋ ਰਿਹਾ ਹੈ, ਸੈਕਿੰਡ ਸੈਗਮੈਂਟ ਜਿਹੜਾ ਸ਼ੁਰੂ ਹੋ ਚੁੱਕਿਆ, ਉਹਦੇ ਵਿੱਚ ਵੀ ਕਾਫੀ ਸਮਾਂ ਲੰਘ ਚੁੱਕਾ ਹੈ। ਬੱਚੇ ਜਿਹੜੇ ਨੇ 13 ਤੋਂ 18 ਸਾਲ ਦੇ ਵਰਗ ਦੇ ਏਜ ਗਰੁੱਪ ਦੇ ਬੱਚੇ ਜਿਹੜੇ ਜਿਨ੍ਹਾਂ ਨੇ ਦਸਤਾਰਾਂ ਦੇ ਵਿੱਚ ਦਸਤਾਰਾਂ ਬੰਨਣ ਦੇ ਵਿੱਚ ਪੱਗ ਬੰਨਣ ਦੇ ਵਿੱਚ ਹਿੱਸਾ ਲਿਆ ਹੈ। ਨਾਲ ਦੀ ਨਾਲ ਅਨਾਊਂਸਮੈਂਟ ਜਿਹੜੀਆਂ ਕੀਤੀਆਂ ਜਾ ਰਹੀਆਂ, ਕਿਉਂਕਿ ਸੈਕਿੰਡ ਟਾਈਮ ਲਿਮਿਟ ਜਿਹੜੀ ਹੈ ਉਹ ਖਤਮ ਹੋ ਚੁੱਕੀ ਹੈ ਔਰ ਇੱਥੇ ਵੱਖਰੇ ਵੱਖਰੇ ਗੈਸਟ ਜਿਹੜੇ ਨੇ ਸਮੇਂ ਦੇ ਹਿਸਾਬ ਦੇ ਨਾਲ ਪਹੁੰਚ ਰਹੇ ਨੇ। ਸਤਿ ਸ਼੍ਰੀ ਅਕਾਲ, ਲਾਈਵ ਵੀ ਚੱਲ ਰਿਹਾ ਅਕਾਲ ਚੈਨਲ ਫੇਸਬੁੱਕ ਲਾਈਵ, ਤੁਸੀਂ ਦੇਖ ਸਕਦੇ ਹੋ। ਨਾਲ ਦੀ ਨਾਲ ਗੁਰਪ੍ਰੀਤ ਸਿੰਘ ਜੀ ਹੁਣਾਂ ਕੋਲ ਆਪਾਂ ਦੁਬਾਰਾ ਆਉਂਦੇ ਹਾਂ, ਜਾਣਦੇ ਹਾਂ ਪਹਿਲਾ ਸੈਗਮੈਂਟ ਜਿਹੜਾ ਹੈ ਉਹ ਕੰਪਲੀਟ ਹੋ ਚੁੱਕਿਆ ਹੈ। ਕਿੰਨੇ ਬੱਚੇ ਸੀਗੇ ਉਸ ਗਰੁੱਪ ਦੇ ਵਿੱਚ ਜਿਹਦੇ ਵਿੱਚ ਸਭ ਤੋਂ ਪਹਿਲੇ 8 ਤੋਂ 12 ਸਾਲ ਦੀ ਏਜ ਲਿਮਿਟ ਸੀ? 8 ਤੋਂ 12 ਸਾਲ ਦੇ ਬੱਚੇ ਸੀ, ਜਿਹਦੇ ਵਿੱਚ ਸਾਡੇ ਕੋਲ ਕਰੀਬ 17 ਬੱਚੇ ਸਨ। ਸੋ ਅਸੀਂ 17 ਬੱਚਿਆਂ ਦਾ ਇਕੱਠਾ ਮੁਕਾਬਲਾ ਕਰਵਾਇਆ, ਜਿਹਦੇ ਵਿੱਚ ਅਸੀਂ ਜੋ ਕਿ ਵਿਨਰ ਨੇ, ਜੋ ਜੇਤੂ ਪਹਿਲੇ 3 ਨੇ, ਫਸਟ ਸੈਕਿੰਡ ਐਂਡ ਥਰਡ, ਉਹਨਾਂ ਦਾ ਅਸੀਂ ਰਿਜ਼ਲਟ ਕੱਢ ਲਿਆ ਹੈ। ਸੋ ਕੁਛ ਹੀ ਸਮੇਂ ਦੇ ਵਿੱਚ ਅਸੀਂ ਉਹਨਾਂ ਦਾ ਜੋ ਰਿਜ਼ਲਟ ਹੈ ਅਨਾਊਂਸ ਕਰਾਂਗੇ। ਸੋ ਜਦੋਂ ਤੁਸੀਂ ਜਿਹੜੇ ਬੱਚੇ 12 ਜਾਂ 14 ਪਹਿਲੇ ਗਰੁੱਪ ਦੇ ਵਿੱਚ ਸੀਗੇ ਬੱਚੇ, ਮਤਲਬ ਉਹਨਾਂ ਦੀ ਗਿਣਤੀ ਮੈਂ ਦੱਸ ਰਹੀ ਹਾਂ, ਇਸ ਤੋਂ ਵੱਧ ਹੋ ਸਕਦੇ ਨੇ, ਜਦੋਂ ਤੁਸੀਂ ਉਹਨਾਂ ਦੇ ਵਿੱਚੋਂ ਬਾਕੀ ਬੱਚਿਆਂ ਨੂੰ ਬੈਕ ਸਾਈਡ ਬੈਕ ਸਟੈਪ ਲੈਣ ਲਈ ਕਿਹਾ, ਸੋ ਕਿੱਦਾਂ ਦਾ ਲੱਗ ਰਿਹਾ ਸੀ ਕਿ ਸਾਰੇ ਬੱਚਿਆਂ ਨੇ ਕੰਪੀਟੀਸ਼ਨ ਦੇ ਵਿੱਚ ਹਿੱਸਾ ਲਿਆ, ਸੋ ਜਿਹੜੇ ਬੈਕ ਸਟੈਪ ਲੈ ਕੇ ਗਏ ਉਹਨਾਂ ਦੇ ਫੇਸ 'ਤੇ ਕਿੱਦਾਂ ਦੇ ਐਕਸਪ੍ਰੈਸ਼ਨ ਸੀਗੇ? ਦੇਖੋ ਜੀ, ਜੋ ਬੱਚਿਆਂ ਨੂੰ ਅਸੀਂ ਸਟੈਪ ਬੈਕ ਆ ਉਹਨਾਂ ਦੇ ਵਿੱਚ ਅਸੀਂ ਇਹ ਨਹੀਂ ਕਹਿ ਸਕਦੇ ਕਿ ਦਸਤਾਰ ਮਾੜੀ ਆ, ਦਸਤਾਰ ਬਹੁਤ ਸੋਹਣੀ ਬੰਨੀ ਆ, ਬਸ ਕੁਛ ਕਮੀਆਂ ਰਹਿ ਗਈਆਂ ਸੀ ਜਿਹਦੇ ਕਰਕੇ ਉਹਨਾਂ ਦੀ ਦਸਤਾਰ ਪੂਰੀ ਨਹੀਂ ਹੋ ਸਕੀ। ਅਤੇ ਜੋ ਬੱਚਿਆਂ ਦਾ ਕੋਈ ਪ੍ਰਾਈਜ਼, ਮਤਲਬ ਜਿਵੇਂ ਕਿ ਅਸੀਂ ਸਿਰਫ ਫਸਟ ਸੈਕਿੰਡ ਥਰਡ ਕਰਦੇ ਹਾਂ, ਜਾਂ ਸਾਡੇ ਕੋਲ ਪਿੱਛੇ 70 ਬੱਚੇ ਸਪੋਜ਼ ਬਚਦੇ ਨੇ, ਅਸੀਂ ਉਹਨਾਂ ਸਾਰੇ ਬੱਚਿਆਂ ਨੂੰ ਇੱਕ ਇੱਕ ਮੈਡਲ ਐਂਡ ਇੱਕ ਇੱਕ ਸਰਟੀਫਿਕੇਟ ਦੇ ਕੇ ਐਪਰੀਸ਼ੀਏਟ ਕਰਾਂਗੇ, ਤਾਂ ਕਿ ਬੱਚਿਆਂ ਦਾ ਹੌਸਲਾ ਨਾ ਟੁੱਟੇ ਅਤੇ ਦੂਸਰੇ ਵੱਲ ਬੱਚਿਆਂ ਵੱਲ ਦੇਖ ਕੇ ਅੱਗੇ ਤੋਂ ਵਧੇਰੀ ਪ੍ਰੈਕਟਿਸ ਕਰਕੇ ਜੇਤੂ ਬਣਨ। ਮਤਲਬ ਸਾਰੇ ਬੱਚੇ ਜਿਹੜੇ ਫਸਟ ਸੈਕਿੰਡ ਆਉਣੇ ਨੇ ਉਹਨਾਂ ਵਾਸਤੇ ਤਾਂ ਪ੍ਰਾਈਜ਼ ਜਿਹੜੇ ਨੇ ਉਹ ਅਨਾਊਂਸ ਕੀਤੇ ਗਏ ਨੇ, ਉਹ ਰੱਖੇ ਗਏ ਨੇ, ਮੈਡਲ ਸਰਟੀਫਿਕੇਟ ਜੋ ਸਰਟੀਫਾਈਡ ਨੇ ਇਸ ਔਰਗਨਾਈਜੇਸ਼ਨ ਵੱਲੋਂ, ਨਾਲ ਦੀ ਨਾਲ ਕੈਸ਼ ਪ੍ਰਾਈਜ਼ ਵੀ ਉਹਨਾਂ ਦੀ ਵੀ ਲਿਮਿਟ ਰੱਖੀ ਗਈ ਅਕੋਰਡਿੰਗ ਟੂ ਫਸਟ ਸੈਕਿੰਡ ਥਰਡ ਜਿਹੜੇ ਪਾਰਟੀਸਪੇਟ ਕਰ ਰਹੇ ਨੇ ਬੱਚੇ ਉਹਨਾਂ ਦੇ ਵਿੱਚ ਫਸਟ ਸੈਕਿੰਡ ਥਰਡ ਰੋਲ ਦੇ ਵਿੱਚ ਆਉਣਗੇ ਔਰ ਨਾਲ ਦੀ ਨਾਲ ਜਿੰਨੇ ਵੀ ਬੱਚਿਆਂ ਨੇ ਜਿੰਨੇ ਵੀ ਗਿਣਤੀ ਦੇ ਵਿੱਚ ਇੱਥੇ ਪਹੁੰਚੇ ਨੇ ਜਿਨ੍ਹਾਂ ਨੇ ਵੀ ਪਾਰਟੀਸਪੇਟ ਕੀਤਾ ਉਹਨਾਂ ਦੀ ਹੌਸਲਾ ਅਫਜ਼ਾਈ ਦੇ ਲਈ ਉਹਨਾਂ ਨੂੰ ਸਰਟੀਫਿਕੇਟ ਅਤੇ ਮੈਡਲ ਜ਼ਰੂਰ ਦਿੱਤੇ ਜਾਣਗੇ। ਸੋ ਇਸ ਕਰਕੇ ਬੱਚਿਆਂ ਨੇ ਨਰਵਸ ਨਹੀਂ ਹੋਣਾ, ਹਰ ਸਾਲ ਗੁਰਪ੍ਰੀਤ ਸਿੰਘ ਢਿੱਲੋਂ ਵੱਲੋਂ ਇਹ ਉਪਰਾਲਾ ਜਿਹੜਾ ਕੀਤਾ ਜਾ ਰਿਹਾ, ਬਹੁਤ ਲੰਬੇ ਸਮੇਂ ਤੋਂ ਇਸ ਉਪਰਾਲੇ ਦੇ ਵਿੱਚ ਨਾਲ ਦੀ ਨਾਲ ਜੁੜੇ ਹੋਏ ਨੇ, ਗੈਸਟ ਬਹੁਤ ਸਾਰੇ ਇੱਥੇ ਪਹੁੰਚੇ ਨੇ, ਆਪਾਂ ਉਹਨਾਂ ਵੱਲ ਵੀ ਚੱਲਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਸਰ ਮਾਫੀ ਚਾਹੁੰਦੀ ਹੈ, ਨਾਮ ਤੁਸੀਂ ਪਲੀਜ਼ ਆਪਣਾ ਆਪ ਹੀ ਦੱਸ ਦਿਓ। ਮੇਰਾ ਨਾਮ ਜੀ ਅਮਨਦੀਪ ਸਿੰਘ ਬੋਪਾਰਾ ਹੈ ਜੀ। ਮੈਂ ਅੱਜ ਇਹਨਾਂ ਨੇ ਗੁਰਪ੍ਰੀਤ ਸਿੰਘ ਢਿੱਲੋਂ ਨੇ ਜਿਹੜਾ ਪ੍ਰੋਗਰਾਮ ਕੀਤਾ ਉਹਦਾ ਪਿਛਲੇ ਸਾਲ ਵੀ ਮੈਨੂੰ ਲੱਗਦਾ ਇਹਨਾਂ ਨੇ ਇਸੇ ਜਗ੍ਹਾ 'ਤੇ ਹੀ ਕੀਤਾ ਸੀ। ਇੱਥੇ ਇਹਨਾਂ ਬੱਚਿਆਂ ਨੂੰ ਜਿਹੜਾ ਇਹਨਾਂ ਨੇ ਦਸਤਾਰ ਜਿਹੜਾ ਸਜਾਉਣ ਦਾ ਮੌਕਾ ਦਿੰਦੇ ਆ ਇਹ ਬਹੁਤ ਵਧੀਆ। ਅਸੀਂ ਸਾਡੇ ਵੇਲਿਆਂ ਦੇ ਵਿੱਚ ਤਾਂ ਇਹੋ ਜਿਹਾ ਨਹੀਂ ਸੀ ਪਹਿਲੋਂ ਟ੍ਰੈਂਡ ਹੁੰਦਾ, ਜਾਂ ਆਪਦੇ ਬਜ਼ੁਰਗਾਂ ਨੂੰ ਦੇਖ ਕੇ ਵੱਡਿਆਂ ਨੂੰ ਦੇਖ ਕੇ ਤਾਂ ਪੱਗ ਦਸਤਾਰ ਸਜਾ ਲੈਂਦੇ ਹਾਂ ਅਤੇ ਹੌਲੀ ਹੌਲੀ ਬਾਅਦ 'ਚ ਪਤਾ ਲੱਗਾ ਵੀ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਸਜਾਉਣੀਆਂ। ਪਰ ਇਹ ਬਹੁਤ ਵਧੀਆ, ਆਉਣ ਵਾਲੀ ਪੀੜ੍ਹੀ ਲਈ ਵੀ ਬੜਾ ਵਧੀਆ ਸੰਦੇਸ਼ ਆ। ਮੈਂ ਵੇਖਣ ਡਿਆ ਸੀ ਛੋਟੇ ਛੋਟੇ ਬੱਚੇ ਜਿਹੜੇ ਆ ਜਿਨ੍ਹਾਂ ਵੇਲੇ ਵਿੱਚ ਸਾਨੂੰ ਅਜੇ ਚੰਗੀ ਤਰ੍ਹਾਂ ਅਸੀਂ ਆਪਦਾ ਜੁੜਾ ਹੀ ਨਹੀਂ ਸੀ ਕਰ ਸਕਦੇ ਹੁੰਦੇ, ਉਹਨਾਂ ਨੇ ਦਸਤਾਰਾਂ ਸਜਾਈਆਂ ਐਡੀਆਂ ਸੋਹਣੀਆਂ, ਵੇਖ ਕੇ ਲੱਗਦਾ ਸੀ ਵੀ ਵਾਕਿਆ ਇਹ ਬਹੁਤ ਵਧੀਆ ਚੀਜ਼ ਹੈ, ਬਹੁਤ ਵਧੀਆ। ਇਹਦੇ ਵਿੱਚ ਵੱਧ ਤੋਂ ਵੱਧ ਸਾਰਿਆਂ ਨੂੰ ਸਹਿਯੋਗ ਦੇਣਾ ਚਾਹੀਦਾ। ਮੈਨੂੰ ਆ ਮੈਂ ਆਪਣੇ ਆ ਛੋਟੇ ਵੀਰ ਨੂੰ ਇਸ ਗੱਲ ਦੀ ਵਧਾਈ ਵੀ ਦਿੰਦਾ ਵੀ ਇਹਨਾਂ ਨੇ ਜਿਹੜਾ ਉਪਰਾਲਾ ਸ਼ੁਰੂ ਕੀਤਾ ਵਾ ਇਹਨੂੰ ਕੰਟੀਨਿਊਸ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਅਤੇ ਇਸ ਸੰਸਥਾ ਨੂੰ ਚਲੋ ਬਣਾ ਲਓ ਅਤੇ ਸੰਸਥਾ ਨੂੰ ਹੀ ਚੜ੍ਹਦੀ ਕਲਾ ਦੇ ਵਿੱਚ ਰੱਖੇ। ਥੈਂਕ ਯੂ ਜੀ।
15 ਤੋਂ 18 ਸਾਲ ਦੇ ਜੋ ਆਪਣੇ ਪਹਿਲੇ ਇੱਕ ਤੋਂ ਲੈ ਕੇ 13 ਪਾਰਟਿਸਪੈਂਟਸ ਨੇ, ਤੋ ਬੇਨਤੀ ਹੈ ਕਿ ਪਲੀਜ਼ ਇੱਕ ਸਿੰਗਲ ਲਾਈਨ ਦੇ ਵਿੱਚ ਆ ਜਾਓ। ਸੋ ਮੈਂ ਕੁਛ ਬੱਚਿਆਂ ਨੂੰ ਦੁਬਾਰਾ ਬੇਨਤੀ ਕਰੂੰਗਾ ਕਿ ਜਿਨ੍ਹਾਂ ਦੇ ਮੈਂ ਨੰਬਰ ਅਨਾਊਂਸ ਕਰੂੰਗਾ ਉਹ ਇੱਥੇ ਖੜ੍ਹੇ ਰਹਿਣ, ਬਾਕੀ ਸਾਰੇ ਵੀਰ ਜੋ ਆ ਪਿੱਛੇ ਚਲੇ ਜਾਣ। 3 ਨੰਬਰ, 8 ਨੰਬਰ, 9 ਨੰਬਰ, 13 ਨੰਬਰ, 11 ਨੰਬਰ, 10 ਨੰਬਰ, 13 ਨੰਬਰ, 7 ਨੰਬਰ ਅਤੇ 12 ਨੰਬਰ। ਬਾਕੀ ਸਾਰੇ ਬੱਚਿਆਂ ਨੂੰ ਬੇਨਤੀ ਹੈ ਕਿ ਪਲੀਜ਼ ਪਿੱਛੇ ਚਲੇ ਜਾਣ। 8 ਤੋਂ 12 ਅਤੇ 13 ਤੋਂ 18 ਦਾ ਰਿਜ਼ਲਟ ਜੋ ਅਸੀਂ ਅਨਾਊਂਸ ਕਰਨ ਜਾ ਰਹੇ ਹਾਂ, ਮੈਂ ਦੁਬਾਰਾ ਰਿਪੀਟ ਕਰਦਾ, 19 ਤੋਂ 24 ਸਾਲ ਦੇ ਬੱਚਿਆਂ ਦਾ ਜੋ ਦਸਤਾਰ ਮੁਕਾਬਲਾ ਉਹ ਨਾਲ ਦੇ ਨਾਲ ਚੱਲੇਗਾ। ਆਪ ਜੀ ਦਾ ਪੱਗ ਬੰਨਣ ਦਾ ਜੋ ਸਮਾਂ ਹੈ ਉਹ ਸਿਰਫ 9 ਮਿੰਟ ਦਾ ਹੈ। 19 ਤੋਂ 24 ਸਾਲ ਦਾ ਜੋ ਦਸਤਾਰ ਬੰਨਣ ਦਾ ਸਮਾਂ ਸਿਰਫ 9 ਮਿੰਟ ਦਾ ਹੈ। 8 ਤੋਂ 12 ਸਾਲ ਅਤੇ 13 ਤੋਂ 18 ਸਾਲ ਦੇ ਸਾਰੇ ਬੱਚਿਆਂ ਨੂੰ ਬੇਨਤੀ ਆ ਕਿ ਇੱਧਰਲੇ ਪਾਸੇ ਆ ਜਾਣ ਤਾਂ ਕਿ ਰਿਜ਼ਲਟ ਵੇਲੇ ਸਾਨੂੰ ਕੋਈ ਪ੍ਰੋਬਲਮ ਨਾ ਆਵੇ ਅਨਾਊਂਸ ਕਰਨ ਲੱਗਿਆ। ਪਲੀਜ਼ ਮੇਰੇ ਲੈਫਟ 'ਤੇ ਆ ਜਾਣ ਸਾਰੇ ਜਣੇ। ਇਸ ਤੋਂ ਬਾਅਦ ਨਾਲ ਹੀ ਸਾਰੇ ਦੁਮਾਲੇ ਸਾਹਿਬ ਜੀ ਦੇ ਜਿੰਨੇ ਪਾਰਟੀਸਪੈਂਟਸ ਹੋਣਗੇ ਉਹਨਾਂ ਦਾ ਕਰਾਇਆ ਜਾਏਗਾ, ਲੜਕੀਆਂ ਅਤੇ ਲੜਕਿਆਂ ਦਾ ਇਕੱਠਾ ਹੀ। ਸੈਕਿੰਡ ਪ੍ਰਾਈਜ਼ ਜੋ ਹੈ ਟੈਗ ਨੰਬਰ 15 ਬੋਲੇ ਸੋ ਨਿਹਾਲ। ਐਂਡ ਜੋ ਫਸਟ ਪ੍ਰਾਈਜ਼ ਜਾ ਰਿਹਾ ਹੈ ਟੈਗ ਨੰਬਰ 16 ਬੋਲੇ ਸੋ ਨਿਹਾਲ। ਜੋ ਸਾਡਾ 13 ਤੋਂ 18 ਸਾਲ ਦਾ ਏਜ ਗਰੁੱਪ ਸੀ ਉਹਦੇ ਵਿੱਚ ਕਾਫੀ ਸੋਹਣੀਆਂ ਦਸਤਾਰਾਂ ਬੰਨੀਆਂ ਬੱਚਿਆਂ ਨੇ। ਸੋ ਉਹਦੇ ਵਿੱਚ ਜੋ ਰਿਜ਼ਲਟ ਦੀ ਤਬਦੀਲੀ ਆਈ ਹੈ ਕਿ ਉਹਦੇ ਵਿੱਚ ਇੱਕ 4th ਨੰਬਰ, 4th ਪ੍ਰਾਈਜ਼ ਵੀ ਕੱਢਿਆ ਗਿਆ ਜੋ ਡਿਜ਼ਰਵ ਕਰਦੇ ਸੀ। ਸੋ ਉਸ ਨੂੰ ਵੀ ਕੁਛ ਨਾ ਕੁਛ ਲਾਈਕ ਪੱਗ ਜਾਂ ਕਿਸੇ ਚੀਜ਼ ਵੱਲੋਂ ਜ਼ਰੂਰ ਸਨਮਾਨਿਤ ਕੀਤਾ ਜਾਵੇਗਾ। ਸੋ 4th ਨੰਬਰ ਦਾ ਵੀ ਵਿੱਚ ਪ੍ਰਾਈਜ਼ ਹੈਗਾ। 13 ਤੋਂ 18 ਸਾਲ ਦੇ ਉਮਰ ਦੇ ਜਿਹੜੇ ਬੱਚਿਆਂ ਦਾ ਮੁਕਾਬਲਾ ਪੱਗਦਾ ਸੀ ਉਹਦੇ ਵਿੱਚ ਜਿਹੜਾ 9 ਨੰਬਰ ਆ ਉਹ 4th ਨੰਬਰ ਦੇ ਉੱਤੇ ਆਇਆ ਹੈ। 9 ਨੰਬਰ ਵਾਲਾ ਬੱਚਾ ਜਿਹੜਾ ਉਹ ਆ ਜੇ ਸਟੇਜ 'ਤੇ। ਬੱਚਾ 3rd ਨੰਬਰ 'ਤੇ ਆਇਆ 13 ਤੋਂ 18 ਦੇ ਵਿੱਚ, 50 ਨੰਬਰ ਵਾਲਾ ਬੱਚਾ, 50 ਟੈਗ ਨੰਬਰ ਵਾਲਾ। ਬੱਚੇ ਕਲੈਪ ਜ਼ਰੂਰ ਕਰ ਦਿਆ ਕਰੋ ਨਾ, ਹੌਸਲਾ ਵਾਧਾ ਬੱਚੇ। ਸ੍ਰੀ ਅਕਾਲ। ਤੇਰ੍ਹਾਂ ਤੋਂ 18 ਦੇ ਵਿੱਚ ਜਿਹੜਾ 2nd ਨੰਬਰ 'ਤੇ ਬੱਚਾ ਆਇਆ ਉਹ 32 ਨੰਬਰ ਜਿਹਦਾ ਟੈਗ ਹੈ। ਤੇਰ੍ਹਾਂ ਤੋਂ 18 ਦੇ ਵਿੱਚ ਜਿਹੜਾ ਬੱਚਾ 1st ਆਇਆ ਉਹ 47 ਨੰਬਰ।
ਕਲੈਪਿੰਗ ਕਰ ਦਿਓ ਸਾਰੇ ਜਣੇ ਇੱਕ ਵਾਰ। ਮੈਂ ਸਾਰੇ ਬੱਚਿਆਂ ਨੂੰ ਜਿਹੜੇ ਜਿਨ੍ਹਾਂ ਨੇ ਇੱਥੇ ਪਾਰਟੀਸਪੇਟ ਕੀਤਾ ਸਾਰਿਆਂ ਨੂੰ ਵਧਾਈ ਦਿੰਦਾ, ਅਤੇ ਮੈਂ ਇਹ ਆਸ ਕਰਦਾ ਵੀ ਇਹ ਬੱਚੇ ਜਿਹੜੇ ਜਿਨ੍ਹਾਂ ਨੇ ਅੱਜ, ਚਲੋ ਨੰਬਰ ਥੋੜ੍ਹੇ ਘੱਟ ਆ ਗਏ ਹੋਣਗੇ ਜਾਂ ਪਿੱਛੇ ਕੁਛ ਨਹੀਂ, ਪਰ ਇਹ ਜ਼ਰੂਰ ਹੈ ਵੀ ਇਹਦੇ ਤੋਂ ਤੁਸੀਂ ਅੱਗੇ ਵੀ ਕਿਸੇ ਨੂੰ ਨਾਲ ਆਪਣੇ ਜਿਹੜੇ ਕੋਈ ਸਾਥੀ ਉਹਨਾਂ ਨੂੰ ਵੀ ਜਾਤ ਸਿਖਾਉਣੀ ਆ। ਪੱਗਾਂ ਤਾਂ ਸੋਹਣੀਆਂ ਬੰਨੀਆਂ ਹੀ ਆ ਸਾਣਿਆਂ ਸਾਰਿਆਂ ਬੱਚਿਆਂ ਨੇ, ਬਹੁਤ ਛੋਟੇ ਛੋਟੇ ਬੱਚਿਆਂ ਨੇ। ਮੈਂ ਤਾਂ ਵੇਖ ਕੇ ਹੈਰਾਨ ਸੀ ਵੀ ਅਸੀਂ ਜਦੋਂ ਛੋਟੇ ਹੁੰਦੇ ਹਾਂ ਸਾਨੂੰ ਤਾਂ ਕੋਈ ਸਿਖਾਉਣ ਵਾਲਾ ਨਹੀਂ ਸੀ ਹੁੰਦਾ, ਅਸੀਂ ਆਪਦੇ ਵੱਡਿਆਂ ਤੋਂ ਹੀ ਵੇਖ ਕੇ ਮਦਰ ਫਾਦਰ ਫਾਦਰ ਵੱਲ ਵੇਖ ਲੈਣਾ, ਅਤੇ ਮਾਤਾ ਹੋਣਾ ਨੂੰ ਕਹਿਣਾ ਵੀ ਸਾਨੂੰ ਵੀ ਦੁਪੱਟਾ ਦੇ ਦਿਓ, ਅਸੀਂ ਇਹ ਬੰਨ ਲੈਣਾ। ਬੜਾ ਉਸ ਟਾਈਮ ਦੇ ਵਿੱਚ ਇਸ ਤਰ੍ਹਾਂ ਦੀਆਂ ਜਾਚ ਜੂਚ ਆ ਜਾਂਦੀ, ਹੁਣ ਤਾਂ ਤੁਹਾਨੂੰ ਸਿਖਾਉਣ ਦਾ ਹੀ ਬੜਾ ਸਿਸਟਮ ਬਣ ਗਿਆ। ਚਲੋ ਬਹੁਤ ਸੋਹਣਾ, ਬਹੁਤ ਵਧੀਆ, ਸਾਰੇ ਬੱਚੇ ਚੜ੍ਹਦੀ ਕਲਾ ਦੇ ਵਿੱਚ ਰਹਿਣ। 19 ਤੋਂ 24 ਦੇ ਜੋ ਬੱਚੇ ਆ ਉਹਨਾਂ ਦੇ ਰਿਜ਼ਲਟ ਦੇਣ ਤੋਂ ਪਹਿਲਾਂ ਮੈਂ ਆਪਦੇ ਚੀਫ ਗੈਸਟ ਅਤੇ ਜੋ ਸਾਡੇ ਸਪੋਰਟਰਸ ਨੇ ਮੈਂ ਉਹਨਾਂ ਨੂੰ ਸਨਮਾਨਿਤ ਕਰਨਾ ਚਾਹੁੰਦਾ। ਸਭ ਤੋਂ ਪਹਿਲਾਂ ਸਾਡੇ ਜਿਨ੍ਹਾਂ ਦੀ ਸਾਨੂੰ ਸਭ ਤੋਂ ਵੱਧ ਸਪੋਰਟ ਹੈ ਇੱਥੇ, ਸਰਦਾਰ ਅਮਨਦੀਪ ਸਿੰਘ ਬੋਪਰ ਹੈ ਜੀ, ਸੋ ਅਸੀਂ ਉਹਨਾਂ ਨੂੰ ਪਹਿਲਾਂ ਸਨਮਾਨਿਤ ਕਰਨਾ ਚਾਹੁੰਦੇ ਹਾਂ। ਬੋਲੇ ਸੋ ਨਿਹਾਲ ਧੰਨਵਾਦ ਭਾਅ ਜੀ ਤੁਹਾਡਾ ਬਹੁਤ ਬਹੁਤ। ਚੀਫ ਗੈਸਟ ਜੋ ਸਾਡੇ ਸਪੋਰਟਰਸ ਨੇ ਮੈਂ ਉਹਨਾਂ ਨੂੰ ਸਨਮਾਨਿਤ ਕਰਨਾ ਚਾਹੁੰਦਾ। ਐਂਡ ਉਸ ਤੋਂ ਬਾਅਦ ਜਿਹੜਾ ਵੀਰਾਂ ਦੀ ਸਾਨੂੰ ਕਾਫੀ ਫਾਈਨੈਂਸ਼ੀਅਲ ਸਪੋਰਟ ਰਹੀ ਹੈ ਇੱਥੋਂ ਦੀ, ਭਾਅ ਜੀ ਬਚਿੱਤਰ ਸਿੰਘ ਜੀ ਜਿਨ੍ਹਾਂ ਦੇ ਬ੍ਰਦਰਸ ਕੁਛ UK ਤੋਂ ਐਂਡ ਕੈਨੇਡਾ ਤੋਂ ਸਾਨੂੰ ਕਾਫੀ ਸਪੋਰਟ ਕੀਤੀ ਹੈ। ਮੈਂ ਬਚਿੱਤਰ ਜੀ ਉਹਨਾਂ ਨੂੰ ਕਹੂੰਗਾ ਕਿ ਅੱਗੇ ਆਉਣ ਅਤੇ ਸਨਮਾਨ ਪ੍ਰਾਪਤ ਕਰਨ। ਬੋਲੇ ਸੋ ਨਿਹਾਲ। ਇਸ ਤੋਂ ਬਾਅਦ ਜੋ ਸਾਡੇ ਨਾਲ ਕਾਫੀ ਸ਼ੁਰੂ ਤੋਂ ਦਸਤਾਰਾਂ ਬੰਨਣ ਅਤੇ ਸਿਖਾਉਣ 'ਚ ਜੁੜੇ ਹੋਏ ਨੇ, ਵਿਕਰਮਜੀਤ ਸਿੰਘ ਅਤੇ ਉਹਨਾਂ ਦਾ ਬ੍ਰਦਰ ਕਰਨ, ਜਿਨ੍ਹਾਂ ਨੂੰ ਅਸੀਂ ਇੱਥੇ ਸਨਮਾਨਿਤ ਕਰਨਾ ਚਾਹੁੰਦੇ ਹਾਂ। ਬੋਲੇ ਸੋ ਨਿਹਾਲ। ਇਹ ਦੋਵੇਂ ਭਰਾ ਮੇਰੇ ਨਾਲ ਕੁਛ 3-3.5 ਸਾਲ ਤੋਂ ਹਰ ਦਸਤਾਰ ਮੁਕਾਬਲੇ ਦੇ ਵਿੱਚ, ਦਸਤਾਰ ਬੰਨਣ ਦੇ ਵਿੱਚ ਅਤੇ ਦਸਤਾਰ ਸਿਖਾਉਣ ਦੇ ਵਿੱਚ ਸਾਡਾ ਹਿੱਸਾ ਬਣੇ ਨੇ। ਮੈਂ ਚਾਹੁੰਦਾ ਕਿ ਸਾਡੇ ਜੋ ਮੀਡੀਆ ਐਡਵਾਈਜ਼ਰ ਨੇ ਸਾਡੇ ਅਕਾਲ ਚੈਨਲ ਦੇ, ਜੋ ਸਾਡਾ ਸਾਰਾ ਲਾਈਵ ਕਵਰੇਜ ਕਰ ਰਹੇ, ਮੈਂ ਚਾਹੁੰਦਾ ਕਿ ਉਹ ਵੀ ਸਟੇਜ 'ਤੇ ਆਉਣ ਅਤੇ ਆਪਣਾ ਸਨਮਾਨ ਪ੍ਰਾਪਤ ਕਰਨ। ਅਤੇ ਮੈਮ ਜੋ ਕਪੂਰਥਲੇ ਤੋਂ ਬਹੁਤ ਦੂਰੋਂ ਸਾਡੇ ਲਈ ਇੱਥੇ ਆਏ ਨੇ, ਬੋਲੇ ਸੋ ਨਿਹਾਲ। ਦੋ ਬੋਲੇ ਸੋ ਨਿਹਾਲ। ਸਾਹਿਬ ਨੇ ਮੇਰੇ ਬੇਟੇ ਨੂੰ ਵੀ ਆ ਪੱਗ ਜਿਹੜੀ ਦਸਤਾਰ ਸਜਾਉਂਦਾ ਇਹ ਢਿੱਲੋਂ ਸਾਹਿਬ ਕੋਈ ਸਿੱਖਿਆ। ਸਰੋਪਾ ਪਾਓ। ਬਹੁਤ ਹੀ ਜ਼ਰੂਰੀ ਅਨਾਊਂਸਮੈਂਟ ਕਰਨੀ ਹੈ ਕਿ ਕੋਈ ਵੀ ਬੱਚਾ ਇਕੱਲਾ ਹੀ ਹਮੇਸ਼ਾ ਆਪਣੇ ਫਿਊਚਰ ਵੱਲ ਨਹੀਂ ਵੱਧਦਾ, ਉਹਦੇ ਪਿੱਛੇ
ਕਿਸੇ ਨਾ ਕਿਸੇ ਦਾ ਹੱਥ ਜ਼ਰੂਰ ਹੁੰਦਾ, ਚਾਹੇ ਉਹਦਾ ਕੋਈ ਯਾਰ ਦੋਸਤ ਹੋਵੇ ਜਾਂ ਕੋਈ ਉਹਦਾ ਕੋਈ ਮਤਲਬ ਦੂਰ ਦਾ ਸੱਜਣ ਹੋਵੇ, ਮਾਪੇ ਹੋਣ, ਜਾਂ ਕਿਸੇ ਵੇਲੇ ਸੈਲਫ ਇੰਸਪੀਰੇਸ਼ਨ ਜੋ ਹੁੰਦੀ ਆ ਬੱਚਾ ਅੱਗੇ ਜਾ ਜਾਂਦਾ। ਸੋ ਮੈਂ ਆਪਣੇ ਜੋ ਸਨਮਾਨਤ ਦਾ ਜੋ ਚਾਹੁੰਦਾ ਵਾ ਮੈਂ ਆਪਦੇ ਦਾਦਾ ਜੀ ਨੂੰ ਦਊਂਗਾ, ਕਿਉਂਕਿ ਮੈਂ ਸਕੂਲ ਟਾਈਮ ਤੋਂ ਪੱਗ ਬੰਨਦਾ ਜਦੋਂ ਸ਼ੁਰੂ ਕੀਤਾ ਸੀ ਨਾ, ਜਦੋਂ ਪੱਗ ਬੰਨਦੇ ਸੀ ਮੈਂ ਇਹਨਾਂ ਦੇ ਕੁਰਸੀ ਦੇ ਅੱਗੇ ਖੜ੍ਹ ਜਾਂਦਾ ਨਾ ਸਿਰਫ ਪੱਗ ਵੇਖਣ ਵਾਸਤੇ। ਅੱਜ ਇਹਨਾਂ ਦੀ ਉਮਰ 85 ਸਾਲ ਤੋਂ ਉੱਤੇ ਹੋ ਗਈ ਹੈ, ਕਿਸੇ ਵੇਲੇ ਮੈਂ ਹੀ ਬੰਨ ਕੇ ਦਿੰਦਾ ਉਹਨਾਂ ਨੂੰ, ਅਤੇ ਇਹਨਾਂ ਦੇ ਕਰਕੇ ਅੱਜ ਮੈਂ ਇੱਥੇ ਹਾਂ। ਇਹਨਾਂ ਦੇ ਨਾਂ ਤੋਂ ਢਿੱਲੋਂ ਪ੍ਰਾਪਰਟੀ ਡੀਲਰ ਤੋਂ ਢਿੱਲੋਂ ਸਾਡਾ ਜਾਣਾ ਜਾਂਦਾ। ਲੋਕ ਪੁੱਛਦੇ ਆ ਭਾਅ ਜੀ ਢਿੱਲੋਂ ਹੀ ਕਿਉਂ ਰੱਖਿਆ, ਜੇ ਇਹਨਾਂ ਦੇ ਨਾਂ ਤੋਂ ਰੱਖਿਆ ਤੁਹਾਡੇ ਸਾਹਮਣੇ ਖੋਤੇ ਮੇਰੇ ਗੁਰੂ ਜੀ ਆ ਨੇ। ਠੀਕ ਹੈ ਜੀ, ਸਤਿ ਸ੍ਰੀ ਅਕਾਲ। ਸਤਾਰ ਮੁਕਾਬਲਾ 2019 ਅੰਮ੍ਰਿਤਸਰ ਮਜੀਠਾ ਰੋਡ ਔਰ ਬੋਪਾ ਰਾਏ ਪੈਲਸ ਦੇ ਵਿੱਚ ਹੋ ਰਿਹਾ, ਔਰ ਸਵੇਰ ਤੋਂ ਜਿਹੜੀ ਹੈ ਬੱਚਿਆਂ ਦੀ ਲੜੀ ਸ਼ੁਰੂ ਹੋਈ ਪਈ ਔਰ ਨਾਲ ਦੀ ਨਾਲ ਮੁਕਾਬਲੇ ਜਿਹੜੇ ਹੋ ਰਹੇ ਨੇ, ਨਾਲ ਦੀ ਨਾਲ ਉਹਨਾਂ ਨੂੰ ਪ੍ਰਾਈਜ਼ ਵੀ ਡਿਸਟ੍ਰੀਬਿਊਟ ਕੀਤੇ ਗਏ ਨੇ, ਪੈਸੇ ਦਿੱਤੇ ਗਏ ਨੇ ਕੈਸ਼, ਔਰ ਨਾਲ ਦੀ ਨਾਲ ਸਰਟੀਫਿਕੇਟ ਐਂਡ ਮੈਡਲ ਦੇਣ ਦੀ ਘੋਸ਼ਣਾ ਕੀਤੀ ਗਈ ਹੈ। ਸੋ ਬੱਚਿਆਂ ਵੱਲੋਂ ਬਹੁਤ ਵਧੀਆ ਉਪਰਾਲਾ ਔਰ ਬਹੁਤ ਵਧੀਆ ਸੋਚ, ਔਰ ਨਾਲ ਦੀ ਨਾਲ ਗੈਸਟ ਇੱਥੇ ਪਹੁੰਚੇ ਸੀ ਉਹਨਾਂ ਵੱਲੋਂ ਵੀ ਬਹੁਤ ਵਧੀਆ ਮੈਸੇਜ ਕਨਵੇ ਕੀਤੇ ਗਏ ਨੇ। ਸੋ ਗਗਨਦੀਪ ਕੌਰ ਮੌਜੂਦ ਨੇ, ਆਪਾਂ ਉਹਨਾਂ ਤੋਂ ਜਾਣਦੇ ਹਾਂ ਉਹਨਾਂ ਦੇ ਵਿਚਾਰ ਅਤੇ ਕੀ ਮੈਸੇਜ ਦੇਣਾ ਚਾਹੁੰਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਨੂੰ ਬਲੈਸਡ ਫੀਲ ਹੋ ਰਿਹਾ ਕਿ ਮੈਂ ਇਸ ਓਕੇਜ਼ਨ ਦੀ ਇੱਕ ਐਜ਼ ਅ ਚੀਫ ਗੈਸਟ ਇੱਥੇ ਆਈ ਹਾਂ। ਮੋਰਓਵਰ ਜੋ ਬੱਚਿਆਂ ਨੇ ਪਾਰਟੀਸਪੇਟ ਕੀਤਾ, ਛੋਟੇ ਛੋਟੇ ਬੱਚੇ ਸੀਗੇ ਜਿਨ੍ਹਾਂ ਨੂੰ ਦੇਖ ਕੇ ਅੱਛਾ ਲੱਗਿਆ ਕਿ ਮਤਲਬ ਇੱਕ ਹੋਪ ਹੈ ਕਿ ਸਾਡੀ ਇਹ ਜੋ ਹੈ ਮਤਲਬ ਸਾਡੀ ਇੱਕ ਜੋ ਕੌਮ ਹੈ ਇਹਨੂੰ ਅੱਗੇ ਲੈ ਕੇ ਜਾਣ ਵਾਲੇ ਜੋ ਬੱਚੇ ਨੇ ਉਹ ਉੱਭਰ ਰਹੇ ਨੇ, ਉੱਪਰ ਆ ਰਹੇ ਨੇ। ਮਤਲਬ ਇੱਕ ਬੰਦੇ ਨੂੰ ਆਪਣੇ ਆਪ ਨੂੰ ਪਹਿਚਾਨਣ ਦੀ ਇੱਕ ਜਸਟ ਕੋਸ਼ਿਸ਼ ਹੁੰਦੀ ਹੈ, ਕਈ ਵਾਰ ਇੱਕ ਬੰਦਾ ਆਪਣੇ ਆਪ ਨੂੰ ਨਹੀਂ ਪਹਿਚਾਣ ਪਾਉਂਦਾ, ਉਹਨੂੰ ਕਿਸੇ ਦੀ ਹੈਲਪ ਹੁੰਦੀ ਆ, ਹੈਲਪ ਦੀ ਨੀਡ ਹੁੰਦੀ ਆ। ਤਾਂ ਮੈਂ ਕਹੂੰਗੀ ਜੋ ਇਹੋ ਜਿਹੇ ਜੋ ਓਕੇਜ਼ਨਸ ਕੀਤੇ ਜਾਂਦੇ, ਔਰਗਨਾਈਜ਼ ਕੀਤੇ ਜਾਂਦੇ ਆ, ਇਹ ਉਹਨਾਂ ਦੇ ਲਈ ਇੱਕ ਟਰੈਕ ਹੈ। ਜੋ ਬੱਚੇ ਇਸ ਟਰੈਕ 'ਤੇ ਚੱਲਣਗੇ ਉਹਨਾਂ ਨੂੰ ਆਪਣੇ ਆਪ ਨੂੰ ਪਹਿਚਾਨਣ ਦੇ ਵਿੱਚ ਥੋੜ੍ਹੀ ਈਜ਼ ਹੋ ਜੂਗਾ। ਮੈਂ ਇਹ ਕਹੂੰਗੀ ਕਿ ਜੋ ਬੱਚੇ ਵਿਨਰਸ ਨੇ ਉਹਨਾਂ ਨੂੰ ਤਾਂ ਪਹਿਲਾਂ ਕੋਂਗਰੈਚੁਲੇਸ਼ਨਸ ਨੇ, ਅਤੇ ਜੋ ਵਿਨਰਸ ਨਹੀਂ ਨੇ ਉਹਨਾਂ ਦੀ ਜਿੱਤ ਇਹੀ ਆ ਕਿ ਐਟਲੀਸਟ ਉਹਨਾਂ ਨੂੰ ਬੰਨਣੀ ਆਉਂਦੀ ਆ ਉਹਨਾਂ ਨੂੰ। ਬਸ ਮੈਂ ਇਹੀ ਕਹੂੰਗੀ ਕਿ ਜੋ ਬੱਚਿਆਂ ਨੇ ਪਾਰਟੀਸਪੇਟ ਕੀਤਾ ਆ ਜਾਂ ਜਿਨ੍ਹਾਂ ਨੇ ਨਹੀਂ ਵੀ ਕੀਤਾ, ਸਭ ਨੂੰ ਇਹੀ ਕਹੂੰਗੀ ਕਿ ਤੁਸੀਂ ਇਹਨੂੰ ਸੰਭਾਲੋ, ਇਹੀ ਸਾਡਾ ਸਭ ਕੁਛ ਹੈ ਜੋ ਗੁਰੂ ਮਹਾਰਾਜ ਨੇ ਸਾਡੇ ਲਈ ਕੀਤਾ, ਜਿਸ ਇੱਕ ਸਾਨੂੰ ਪਹਿਚਾਣ ਦੇਣ ਦੇ ਲਈ ਕੀਤਾ। ਤਾਂ ਮੈਂ ਇਹੀ ਕਹੂੰਗੀ ਕਿ ਇਹ ਕੋਈ ਮੈਟਰ ਨਹੀਂ ਕਰਦਾ ਅਸੀਂ ਜਿੱਤ ਗਏ ਹਾਂ ਅਸੀਂ ਹਾਰ ਗਏ ਹਾਂ, ਜਸਟ ਮੈਟਰ ਇਹ ਕਰਦਾ ਕਿ ਅਸੀਂ ਇਸ ਚੀਜ਼ ਨੂੰ ਸੰਭਾਲਣਾ ਆ। ਧੰਨਵਾਦ, ਬਹੁਤ ਵਧੀਆ ਸੁਨੇਹਾ ਦਿੱਤਾ ਡਾਕਟਰ ਗਗਨਦੀਪ ਵੱਲੋਂ, ਔਰ ਇਸੇ ਦੇ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ। ਦਸਤਾਰ ਮੁਕਾਬਲਾ 2019 ਅੰਮ੍ਰਿਤਸਰ ਮਜੀਠਾ ਰੋਡ ਬੋਪਾ ਰਾਏ ਪੈਲਸ ਦੇ ਵਿੱਚ ਹੋ ਰਿਹਾ ਹੈ। ਸ਼ਾਮ ਦੇ ਜਾਂ ਮੈਂ ਇੰਝ ਕਹਿ ਲਵਾਂ ਕਿ ਰਾਤ ਦੇ 7 ਵੱਜ ਚੁੱਕੇ ਨੇ, ਮੁਕਾਬਲਾ ਹਾਲੇ ਤੱਕ ਜਾਰੀ ਹੈ। ਪਹਿਲਾ, ਦੂਜਾ, ਤੀਜਾ ਸੈਗਮੈਂਟ ਹੋ ਚੁੱਕੇ ਆ, ਏਜ ਅਕੋਰਡਿੰਗ ਜਿਹੜੇ ਗਰੁੱਪਸ ਹੈ ਉਹਨਾਂ ਦੀ ਤਰਤੀਬ ਵਾਰ ਵੰਡ ਤੋਂ ਬਾਅਦ ਉਹਨਾਂ ਨੂੰ ਪ੍ਰਾਈਜ਼ ਵੀ ਦੇ ਦਿੱਤੇ ਜਾ ਚੁੱਕੇ ਨੇ। ਨਾਲ ਦੀ ਨਾਲ ਤੀਜਾ ਜਿਹੜਾ ਸੈਗਮੈਂਟ ਸੀਗਾ, ਤੀਜੀ ਏਜ ਲਿਮਿਟ, ਉਹਦੀ ਜਿਹੜੀ ਵੰਡ ਹੋ ਚੁੱਕੀ, ਉਹਦੇ ਪ੍ਰਾਈਜ਼ ਹਾਲੇ ਦੇਣੇ ਬਾਕੀ ਹੈ, ਕਿਉਂਕਿ ਬੱਚੇ ਜਿਹੜੇ ਬਹੁਤ ਜ਼ਿਆਦਾ ਉਤਾਵਲੇ ਹੋ ਚੁੱਕੇ ਨੇ ਕਿ ਦੂਰੋਂ ਦੂਰੋਂ ਬੱਚੇ ਜਿਹੜੇ ਆ ਚੁੱਕੇ ਨੇ ਆਪਣੇ ਪਰਿਵਾਰਾਂ ਦੇ ਨਾਲ, ਉਹਨਾਂ ਨੇ ਵਾਪਸ ਵੀ ਜਾਣਾ। ਸੋ ਇਸ ਕਰਕੇ ਵਿੱਚ ਹੀ ਕੁਝ ਸੈਗਮੈਂਟ ਵਿੱਚ ਰੋਕ ਕੇ ਅਤੇ ਜਿਹੜੇ ਉਹਨਾਂ ਨੂੰ ਪ੍ਰਾਈਜ਼ ਡਿਸਟ੍ਰੀਬਿਊਸ਼ਨ ਸੀ ਉਹ ਕਰ ਦਿੱਤੀ ਗਈ ਹੈ। ਫਸਟ, ਸੈਕਿੰਡ, ਥਰਡ ਜਿਹੜੇ ਇਲੈਮੀਨੇਸ਼ਨ ਸੀਗੇ ਅਕੋਰਡਿੰਗ ਟੂ ਏਜ, ਅਕੋਰਡਿੰਗ ਟੂ ਗਰੁੱਪ ਜਿਹੜੇ ਕਰ ਦਿੱਤੇ ਗਏ ਨੇ, ਔਰ ਨਾਲ ਦੀ ਨਾਲ ਬੈਕ ਸਾਈਡ ਬੈਕ ਕੈਮਰਾ ਜਿਹੜਾ ਦਮਾਲੇ ਵਾਲਿਆਂ ਦਾ ਗਰੁੱਪ ਅਕੋਰਡਿੰਗ ਟੂ ਏਜ, ਉਹਦੇ ਵਿੱਚ ਸੋਰੀ ਕੋਈ ਏਜ ਲਿਮਿਟ ਨਹੀਂ ਹੈ, ਉਹਦੇ ਵਿੱਚ ਸਾਰੇ ਬੱਚਿਆਂ ਤੋਂ ਲੈ ਕੇ ਵੱਡੀ ਉਮਰ ਤੱਕ ਜਿਹੜੇ ਵੀ ਪਾਰਟੀਸਪੇਟ ਕਰਨ ਆਏ ਉਹ ਸਾਰੇ ਹੀ ਇੱਕ ਲਾਈਨ ਦੇ ਵਿੱਚ ਖੜ੍ਹੇ ਨੇ, ਔਰ ਦਮਾਲੇ ਆਪਣੇ ਸਜਾ ਰਹੇ ਨੇ, ਉਹਨਾਂ ਦੇ ਵਿੱਚ ਕੁੜੀਆਂ ਵੀ ਨੇ ਔਰ ਨਾਲ ਦੀ ਨਾਲ ਮੁੰਡੇ ਵੀ ਨੇ। ਮਤਲਬ ਦੋਨੋਂ ਗਰੁੱਪ, ਕੁੜੀਆਂ ਅਤੇ ਮੁੰਡਿਆਂ ਦਾ ਗਰੁੱਪ ਏਜ ਦੇ ਹਿਸਾਬ ਦੇ ਨਾਲ ਨਾਲ ਜਿਹੜੀ ਹੈਗੀ ਹੈ ਲਾਈਨ ਸਟਾਰਟ ਕੀਤੀ ਜਾ ਚੁੱਕੀ ਔਰ ਦਮਾਲੇ ਸਜਾ ਰਹੇ ਨੇ, ਔਰ ਨਾਲ ਦੀ ਨਾਲ ਅਸੀਂ ਗੁਰਪ੍ਰੀਤ ਸਿੰਘ ਢਿੱਲੋਜੀਵਾਲ ਆ ਰਹੇ ਹਾਂ ਕਿ ਫਸਟ, ਸੈਕਿੰਡ, ਥਰਡ ਅਕੋਰਡਿੰਗ ਟੂ ਏਜ ਜਿਹੜੇ ਹੈ ਪ੍ਰਾਈਜ਼ ਡਿਸਟ੍ਰੀਬਿਊਟ ਕਰ ਦਿੱਤੇ ਗਏ ਨੇ। ਸੋ ਕੀ ਬਰੀਕੀਆਂ ਰਹੀਆਂ, ਕਿਉਂਕਿ ਜਦੋਂ ਐਲੈਮੀਨੇਸ਼ਨ ਹੋਣੀ ਹੁੰਦੀ ਹੈ ਪ੍ਰਾਈਜ਼ ਵੰਡ ਕਰਨੀ ਹੁੰਦੀ ਹੈ, ਸੋ 70-80 ਬੱਚਿਆਂ ਦੇ ਵਿੱਚੋਂ
ਚਾਰ ਪੰਜ ਸਿਲੈਕਟ ਕਰਨੇ ਬਹੁਤ ਔਖਾ ਕੰਮ ਹੈ, ਸੌਖਾ ਕੰਮ ਨਹੀਂ ਹੈ। ਸੋ ਕਿੱਦਾਂ ਜਜਮੈਂਟ ਦੇ ਵਿੱਚ ਕਿੰਨਾ ਕੁ ਸੁਖੱਲਾ ਰਿਹਾ, ਕਿੰਨਾ ਕੁ ਔਖਾ ਰਿਹਾ, ਕਿਹੜੀਆਂ ਕਿਹੜੀਆਂ ਬਰੀਕੀਆਂ ਤੋਂ ਜਾਣੂ ਹੋਏ ਉਹ ਵੀ, ਅਤੇ ਨਾਲ ਦੀ ਨਾਲ ਬੱਚਿਆਂ ਨੂੰ ਵੀ ਬਰੀਕੀਆਂ ਤੋਂ ਜਾਣੂ ਕਰਾਇਆ, ਅਤੇ ਉਸ ਤੋਂ ਬਾਅਦ ਜਿਹੜੇ ਫਾਈਨਲ ਰਿਜ਼ਲਟ ਜਿਹੜੇ ਡਿਕਲੇਅਰ ਕੀਤੇ ਗਏ ਜੀ? ਜਿਵੇਂ ਕਿ ਸਾਡੇ ਦੋ ਗਰੁੱਪ ਹੋ ਚੁੱਕੇ ਨੇ, 8 ਤੋਂ 12 ਅਤੇ 13 ਤੋਂ 18 ਸਾਲ ਦੇ। ਜੋ 8 ਤੋਂ 12 ਸਾਲ ਦੇ ਛੋਟੇ ਬੱਚੇ ਸੀ ਉਹਨਾਂ ਦਾ ਰਿਜ਼ਲਟ ਤਾਂ ਕੁਛ ਖਾਸ ਔਖਾ ਨਹੀਂ ਸੀ ਕੱਢਣਾ, ਬਟ ਜਿਵੇਂ ਕਿ ਸਾਡੀ ਪਾਰਟੀਸਪੇਸ਼ਨ 60 ਤੋਂ ਅਬਵ ਸੀ 13 ਤੋਂ 18 ਸਾਲ ਦੀ, ਸੋ ਉਹਦੇ 'ਚ ਸਾਨੂੰ ਕਾਫੀ ਦਿੱਕਤ ਹੋਈ ਰਿਜ਼ਲਟ ਦੇਣ ਦੇ ਵਿੱਚ, ਕਿਉਂਕਿ ਬੱਚਿਆਂ ਦਾ ਜੋ ਐਕਸਪੀਰੀਅੰਸ ਲੈਵਲ ਸੀ ਬਹੁਤ ਜ਼ਿਆਦਾ ਸੀ। ਅਤੇ ਅਸੀਂ ਜੋ ਰਿਜ਼ਲਟ ਦਿੱਤਾ ਫਸਟ ਸੈਕਿੰਡ ਥਰਡ, ਅਸੀਂ ਉਹਨਾਂ ਨੂੰ ਹਰ ਗਰੁੱਪ 'ਚੋਂ 4-4, 5-5 ਕੱਢ ਕੇ ਐਟ ਲਾਸਟ ਆ ਕੇ ਅਸੀਂ 16-17 ਜਣਿਆਂ ਨੂੰ ਅਸੀਂ ਆਪਣਾ ਸ਼ਫਲ ਕੀਤਾ। ਸੋ ਜਿਹੜਾ ਰਿਜ਼ਲਟ ਸੀ ਲਾਸਟ ਮੂਮੈਂਟ ਦੇ ਜਿਹੜੇ ਫਾਈਨਲਿਸਟ ਕੱਢੇ ਆ, ਉਹ ਅਸੀਂ ਦੇਖਿਆ ਜਿੰਨਾਂ ਬੱਚਿਆਂ ਦੀਆਂ ਫੇਸ ਦੇ ਅਕੋਰਡਿੰਗ ਪੱਗ ਸੂਟ ਕਰ ਰਹੀ ਆ, ਬੈਕ ਕਲੀਅਰ ਆ, ਸਾਈਡ ਕਲੀਅਰ ਆ, ਸਿਰ ਪ੍ਰੋਪਰ ਕੱਜਿਆ ਹੋਣਾ ਚਾਹੀਦਾ, ਪੱਲੇ ਪ੍ਰੋਪਰ ਹੁੰਦੇ ਹੋਣੇ ਚਾਹੀਦੇ ਆ, ਪਿੱਛੇ ਵਾਲੇ ਲੜਾਂ ਦੀ ਸਫਾਈ ਹੋਣੀ ਚਾਹੀਦੀ ਆ, ਪੱਲਾ ਸਿੱਧਾ ਲੱਗਾ ਹੋਣਾ ਚਾਹੀਦਾ ਵਾ, 50 ਸਿੱਧੀ ਹੋਣੀ ਚਾਹੀਦੀ ਆ, ਅਤੇ ਹੋਰ ਕਾਫੀ ਬਰੀਕੀਆਂ ਜੋ ਅਸੀਂ ਦੇਖ ਕੇ ਬੱਚਿਆਂ ਨੂੰ ਰਿਜ਼ਲਟ ਦੇਣਾ ਕੀਤਾ ਸੀ। ਸੋ ਬਾਬਾ ਜੀ ਨਾਲ ਦੀ ਮਿਹਰ ਨਾਲ ਸਾਡਾ ਜੋ ਹੁਣ ਤੱਕ ਦਾ ਜੋ ਰਿਜ਼ਲਟ ਸੀ ਬਹੁਤ ਸੋਹਣਾ ਹੈ, ਕਿਸੇ ਵੀ ਤਰ੍ਹਾਂ ਦੀ ਤੰਗੀ ਨਹੀਂ ਹੋਈ ਸਾਨੂੰ, ਨਾ ਹੀ ਸਾਨੂੰ ਕਿਸੇ ਤਰ੍ਹਾਂ ਦੀ ਅੜਚਨ ਪਈ ਹੈ। ਅਤੇ ਇਸ ਤੋਂ ਬਾਅਦ ਹੁਣ ਅਸੀਂ ਆਪਣਾ ਜੋ 19-24 ਦਾ ਰਿਜ਼ਲਟ ਦੇ ਕੇ ਅਸੀਂ ਆਪਦਾ ਜੋ ਪ੍ਰੋਗਰਾਮ ਹੈ ਉਹ ਅਸੀਂ ਸਮਾਪਤ ਕਰਾਂਗੇ ਜੀ। ਵੀਰ ਜੀ, ਜਿਹੜੀ ਸੈਕਿੰਡ ਏਜ ਲਿਮਿਟ ਸੀਗੀ ਉਹਦੇ ਵਿੱਚ ਪਹਿਲੇ ਦੇ ਵਿੱਚ 3 ਬੱਚੇ ਜਿਹੜੇ ਫਾਈਨਲਿਸਟ ਕੱਢੇ ਗਏ ਸੀ ਫਸਟ ਸੈਕਿੰਡ ਥਰਡ, ਲੇਕਿਨ ਸੈਕਿੰਡ ਜਿਹੜਾ ਪ੍ਰਾਈਜ਼ ਤੁਸੀਂ ਡਿਸਟ੍ਰੀਬਿਊਟ ਕੀਤੇ ਨੇ ਉਹਦੇ ਵਿੱਚ 4 ਦੀ ਸਿਲੈਕਸ਼ਨ ਹੋਈ ਸੀ ਜੀ। ਇਸ ਕਰਕੇ ਸੀ ਕਿਉਂਕਿ ਜ਼ਰੂਰੀ ਨਹੀਂ ਹੁੰਦਾ ਕਿ ਹਰ ਲੈਵਲ ਦੇ ਵਿੱਚ ਜਾਂ ਹਰ ਕੰਪੀਟੀਸ਼ਨ ਦੇ ਵਿੱਚ 3 ਹੀ ਵਿਨਰ ਹੋਣ, ਕਿਸੇ ਵੇਲੇ ਸਾਨੂੰ ਇਕੁਅਲ ਵਿਨਰ ਕੱਢਣੇ ਪੈਂਦੇ ਆ, ਕਿਉਂਕਿ ਉਹ ਬੱਚਾ ਡਿਜ਼ਰਵ ਕਰਦਾ ਸੀ। ਉਹਦੀ ਪੱਗ ਇੱਕ ਰੂਹ ਨੂੰ ਖਿੱਚ ਦੇਣ ਵਾਲੀ ਪੱਗ ਸੀ, ਕਿ ਬਹੁਤ ਸੋਹਣੀ ਪੱਗ ਸੀ ਬੱਚੇ ਦੀ, ਕਿ ਅਗਰ ਮੈਂ ਨਾ ਰਿਜ਼ਲਟ ਦਿੰਦਾ ਤਾਂ ਹੋ ਸਕਦਾ ਕਿ ਉਹ ਪਾਰਸ਼ੈਲਿਟੀ ਕਾਊਂਟ ਹੁੰਦੀ, ਕਿਉਂਕਿ ਬੱਚਾ ਡਿਜ਼ਰਵ ਕਰਦਾ ਸੀ। ਇਸ ਕਰਕੇ ਅਸੀਂ ਉਸ ਗਰੁੱਪ 'ਤੇ ਅਸੀਂ 4 ਬੱਚਿਆਂ ਦਾ ਰਿਜ਼ਲਟ ਆ, ਫਸਟ ਦਾ, ਸੈਕਿੰਡ ਦਾ, ਥਰਡ ਐਂਡ ਫੋਰਥ ਦਾ। ਔਰ ਫਸਟ ਸੈਕਿੰਡ ਥਰਡ ਨੂੰ ਕਿੰਨੀ ਪੇਮੈਂਟ, ਮਤਲਬ ਕਿੰਨਾ ਕੈਸ਼ ਉਹਨਾਂ ਨੂੰ ਦਿੱਤਾ, ਨਾਲ ਦੀ ਨਾਲ ਸਰਟੀਫਿਕੇਟ ਦਿੱਤੇ ਗਏ ਨੇ ਔਰ ਨਾਲ ਦੀ ਨਾਲ ਮੈਡਲ ਨੇ ਜੀ? ਜੋ ਤਾਂ ਸਾਡੇ ਸਾਰੇ ਗਰੁੱਪਸ ਨੇ ਉਹਨਾਂ ਨੂੰ ਸਾਡੇ ਜੋ ਫਸਟ ਪ੍ਰਾਈਜ਼ ਆ ਉਹ ਅਸੀਂ 2100 ਰੁਪਇਆ ਦੇ ਰਹੇ ਹਾਂ, ਨਾਲ ਅਸੀਂ ਇੱਕ ਪੱਗ ਦੇ ਰਹੇ ਹਾਂ, ਨਾਲ ਇੱਕ ਸਰਟੀਫਿਕੇਟ ਆ, ਕੁਛ ਲਿਟਰੇਚਰਸ ਨੇ ਜੋ ਗੁਰਮਤ ਦੇ ਨਾਲ ਜੁੜੀਆਂ ਹੋਈਆਂ ਨੇ, ਅਤੇ ਬੱਚਿਆਂ ਨੂੰ ਸਰਟੀਫਿਕੇਟ ਵਗੈਰਾ ਮਤਲਬ ਦਿੱਤੇ ਗਏ ਨੇ ਸਾਰੇ, ਕੁਛ 3-4 ਚੀਜ਼ਾਂ ਦੇ ਨਾਲ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਅਤੇ ਇਸ ਦਸਤਾਰ ਮੁਕਾਬਲੇ ਦੇ ਵਿੱਚ ਕੋਈ ਅਸੀਂ ਐਂਟਰੀ ਫੀਸ ਨਹੀਂ ਸੀ ਰੱਖੀ, ਸੋ ਸਿਰਫ ਇਹ ਜੋ ਸਹਿਯੋਗ ਹੈ ਸਾਡਾ, ਸਿਰਫ ਬਾਹਰ ਕਾਫੀ ਸਪੋਰਟ ਸੀ ਸਾਨੂੰ ਜਾਂ ਕੋਈ ਸਾਡੇ ਜਿਹੜੇ ਵੀਰ ਜੋ ਸਾਨੂੰ ਇੱਥੇ ਸਪੋਰਟ ਕਰਦੇ ਸੀ ਉਹਨਾਂ ਦੇ ਕਰਕੇ ਹੀ ਅੱਜ ਅਸੀਂ ਇਹ ਦਸਤਾਰ ਮੁਕਾਬਲਾ ਪੂਰਾ ਕਰਾ ਪਾਏ ਹਾਂ। ਵੀਰ ਜੀ, ਵੈਸੇ ਤਾਂ ਜਦੋਂ ਦਾ ਸ਼ੁਰੂ ਹੋਇਆ ਪ੍ਰੋਗਰਾਮ ਨਾਲ ਦੀ ਨਾਲ ਲਾਈਵ ਵੀ ਚੱਲਿਆ ਅੱਜ ਅਕਾਲ ਚੈਨਲ ਦੇ FB ਪੇਜ ਤੋਂ, ਆਖਿਰ ਦੇ ਵਿੱਚ ਕੀ ਮਤਲਬ ਪੂਰਾ, ਵੈਸੇ ਤਾਂ ਜਦੋਂ ਤੋਂ ਸ਼ੋਅ ਚੱਲ ਰਿਹਾ, ਜਦੋਂ ਤੋਂ ਪ੍ਰੋਗਰਾਮ ਚੱਲ ਰਿਹਾ, ਲਾਈਵ ਹੋਇਆ, ਰਿਕਾਰਡਿਡ ਹੋਇਆ, ਸਾਰਾ ਹੀ ਮੈਸੇਜ ਕਨਵੇ ਹੋ ਰਿਹਾ, ਲੇਕਿਨ ਫਿਰ ਵੀ ਆਖਿਰ ਦੇ ਵਿੱਚ ਕੀ ਸੰਦੇਸ਼ ਦੇਣਾ ਚਾਹੋ, ਕਿਉਂਕਿ ਤੁਸੀਂ ਵੀ ਕਿਹਾ ਕਿ ਤੁਹਾਨੂੰ ਵੀ ਤੁਹਾਡੇ ਦਾਦਾ ਜੀ ਵੱਲੋਂ ਪ੍ਰੇਰਣਾ ਮਿਲੀ, ਤੁਸੀਂ ਉਹਨਾਂ ਨੂੰ ਦੇਖਦੇ ਹੁੰਦੇ ਸੀ ਛੋਟੇ ਹੁੰਦੇ, ਉਹਨਾਂ ਦੇ ਫਰੰਟ 'ਤੇ ਜਾ ਕੇ ਖੜ੍ਹੇ ਹੁੰਦੇ ਸੀ, ਅਤੇ ਵਧੀਆ ਲੱਗਦਾ ਸੀ ਕਿ ਪੱਗ ਬੰਨਣਾ ਸ਼ੌਂਕ ਜਿਹੜਾ ਪੂਰੀ ਜ਼ਿੰਦਗੀ ਤੱਕ ਚੱਲਣਾ ਚਾਹੀਦਾ। ਦੇਖੋ ਜੀ, ਜੋ ਪੱਗ ਆ ਨਾ, ਅਸੀਂ ਉਹਨੂੰ ਇਹ ਨਹੀਂ ਕਹਿ ਸਕਦੇ ਕਿ ਇਕੱਲੀ ਪੱਗ ਹੀ ਗਿਣੀ ਜਾਂਦੀ ਹੈ, ਸਾਡੇ ਇੱਕ ਸਰੀਰ ਦਾ ਹਿੱਸਾ। ਅਗਰ ਅਸੀਂ ਪੱਗ ਬੰਨ੍ਹ ਕੇ ਕਿਤੇ ਨਹੀਂ ਜਾਂਦੇ ਆ ਜਾਂ ਅਸੀਂ ਦੁਮਾਲਾ ਸਜਾ ਕੇ ਨਹੀਂ ਕਿਤੇ ਜਾਂਦੇ ਤਾਂ ਅਸੀਂ ਆਪਣੇ ਆਪ ਨੂੰ ਪੂਰਾ ਨਹੀਂ ਗਿਣ ਸਕਦੇ। ਸੋ ਜੋ ਪੱਗ ਆ ਉਹ ਇੱਕ ਸਰੀਰ ਦਾ ਹਿੱਸਾ ਹੈ, ਅਤੇ ਪੱਗ ਬੰਨ੍ਹਣੀ ਬਹੁਤ ਜ਼ਰੂਰੀ ਹੈ। ਅਤੇ ਮੈਂ ਇਹ ਸੰਦੇਸ਼ ਦੇਣਾ ਚਾਹੂੰਗਾ ਕਿ ਆਪਦੇ ਵੱਡਿਆਂ ਤੋਂ ਕੁਛ ਚੰਗਾ ਸਿੱਖੋ, ਆਪਦੇ ਛੋਟਿਆਂ ਤੋਂ ਕੁਛ ਚੰਗਾ ਸਿੱਖੋ, ਕਿਸੇ ਵੱਲ ਇਹ ਨਾ ਦੇਖੋ ਕਿ ਉਹਨੇ ਆਹ ਕੀਤਾ ਅਤੇ ਮੈਂ ਉਹਦੇ ਵੱਲ ਵੇਖ ਕੇ ਆ ਕਰਾਂ, ਬਕਾਇਦਾ ਇਹ ਸਿੱਖੋ ਕਿ ਉਹ ਮੇਰੇ ਤੋਂ ਵਧੀਆ ਕਰਨਾ, ਮੈਂ ਕੋਸ਼ਿਸ਼ ਕਰਾਂ ਉਹਦੇ ਨਾਲੋਂ ਵੀ ਵਧੀਆ ਕਰਾਂ, ਚਾਹੇ ਉਹ ਕੋਈ ਵੀ ਚੀਜ਼ ਹੋਵੇ। ਸੋ ਸਭ ਤੋਂ ਮੇਨ ਸੰਦੇਸ਼ ਇਹ ਹੈ ਕਿ ਸਿੰਘ ਸਜੋ ਅਤੇ ਗੁਰਮਤ ਦੇ ਨਾਲ ਜੁੜੋ ਜੀ। ਔਰ ਸਾਰੇ ਫਾਈਨਲਿਸਟ ਜਿਹੜੇ ਨੇ ਉਹਨਾਂ ਨੂੰ ਪ੍ਰਾਈਜ਼ ਮਿਲ ਚੁੱਕੇ ਨੇ, ਸਾਰਿਆਂ ਦੀ ਸਿਲੈਕਸ਼ਨ ਹੋ ਚੁੱਕੀ ਹੈ, ਪਹਿਲੇ, ਦੂਜਾ, ਤੀਜਾ ਪ੍ਰਾਈਜ਼, ਉਹਦੇ ਨਾਲ ਨਾਲ ਸੈਕਿੰਡ ਏਜ ਗਰੁੱਪ ਦੇ ਵਿੱਚ ਚੌਥਾ ਪ੍ਰਾਈਜ਼ ਵੀ ਜਿਹੜਾ ਉਹ ਫਾਈਨਲ ਕੀਤਾ ਗਿਆ, ਕਿਉਂਕਿ ਭਾਜੀ ਨੇ ਦੱਸਿਆ ਕਿ ਕਿਸੇ ਨਾਲ ਪਾਰਸ਼ੈਲਿਟੀ ਨਾ ਹੋਵੇ। ਪੱਗਾਂ ਮੈਂ ਖੁਦ ਦੇਖ ਰਹੀ ਸੀ ਲਾਈਵ ਦੇ ਵਿੱਚ ਵੀ, ਰਿਕਾਰਡਿੰਗ ਦੇ ਵਿੱਚ ਵੀ, ਕਿ ਜਿਹੜੇ ਸੈਕਿੰਡ ਏਜ ਗਰੁੱਪ ਸੀਗਾ 13 ਤੋਂ 18 ਤੱਕ ਦਾ, 13 ਤੋਂ 18 ਤੱਕ ਦੇ ਵਿੱਚ ਬਹੁਤ ਸਾਰੇ ਬੱਚੇ ਸੀ ਲਾਈਨ ਦੇ ਵਿੱਚ, ਔਰ ਉਹਨਾਂ 'ਚੋਂ ਸਿਲੈਕਟ ਕਰਨੀ ਬਹੁਤ ਹੀ ਡਿਫੀਕਲਟ ਸੀ, ਕਿਉਂਕਿ ਹਰ ਬੱਚੇ ਦੀ, ਇੱਕ ਤਾਂ ਪੱਗ ਦਾ ਰੰਗ ਬਹੁਤ ਸੋਹਣਾ ਸੀ, ਦੂਸਰੇ ਹਰ ਬੱਚੇ ਨੇ ਵੱਖਰੇ ਸਟਾਈਲ ਨਾਲ, ਵੱਖਰੇ ਤਰੀਕੇ ਨਾਲ ਪੱਗ ਦੇ ਪੇਜ ਬੰਨੇ ਹੋਏ ਸੀ।
ਕੋਈ ਪਟਿਆਲਾ ਸ਼ਾਹੀ ਪੱਗ ਸੀ, ਕੋਈ ਕਈ ਬੱਚਿਆਂ ਦੀ ਤਾਂ ਵੇਵੀ ਜਿਗਜ਼ੈਗ ਟਾਈ ਪੱਗ ਬੰਨੀ ਹੋਈ ਸੀ, ਜੋ ਮੈਨੂੰ ਖੁਦ ਦੇਖਣ ਨੂੰ ਲੱਗਿਆ ਕਿ ਉਹ ਫਸਟ ਟਾਈਮ ਇੱਦਾਂ ਹੋਇਆ। ਮਤਲਬ ਹਰ ਲੜਕੇ ਨੇ, ਹਰ ਮੁੰਡੇ ਨੇ ਆਪਣੇ ਇੱਕ ਵੱਖਰੇ ਤਰੀਕੇ ਦੇ ਨਾਲ ਵੱਖਰੇ ਸਟਾਈਲ ਦੇ ਵਿੱਚ ਪੱਗ ਬੰਨੀ ਹੈ, ਵੱਖਰਾ ਕਲਰ ਹੈ, ਔਰ ਆਪਣੇ ਉਹ ਇੱਕ ਹੁਸਨ ਦੇ ਵਿੱਚ, ਆਪਣੇ ਇੱਕ ਰੂਪ ਦੇ ਵਿੱਚ, ਉਸ ਦਸਤਾਰ ਦੇ ਵਿੱਚ ਬਹੁਤ ਜੱਚ ਰਿਹਾ। ਸੋ ਉਸ ਸਿਲੈਕਸ਼ਨ ਦੇ ਵਿੱਚ, ਉਸ ਸੈਕਸ਼ਨ ਦੇ ਵਿੱਚੋਂ ਸਿਲੈਕਟ ਕਰਨਾ ਬਹੁਤ ਹੀ ਔਖਾ ਸੀ। ਸਾਰੇ ਬੱਚੇ ਬਹੁਤ ਸੋਹਣੇ ਲੱਗ ਰਹੇ ਸੀ, ਲੇਕਿਨ ਫਿਰ ਵੀ ਪਾਰਸ਼ੈਲਿਟੀ ਨਾ ਹੋਵੇ ਕਿਸੇ ਨਾਲ। ਸੋ ਚਾਰ ਬੱਚੇ ਸਿਲੈਕਟ ਕੀਤੇ ਗਏ, ਫਸਟ, ਸੈਕਿੰਡ, ਥਰਡ ਐਂਡ ਫੋਰਥ। ਸੋ ਉਹਨਾਂ ਦੇ ਅਕੋਰਡਿੰਗ ਉਹਨਾਂ ਨੂੰ ਮਿਨਰਿੰਗ ਅਕੋਰਡਿੰਗ ਉਹਨਾਂ ਨੂੰ ਪ੍ਰਾਈਜ਼ ਦਿੱਤੇ ਗਏ। ਪਹਿਲੇ ਨੂੰ 2100 ਰੁਪਇਆ, ਨਾਲ ਸਰਟੀਫਿਕੇਟ, ਮੈਡਲ, ਔਰ ਇੱਕ ਬੁੱਕਲੈਟ, ਜਿਹੜੀ ਬੁੱਕ ਦਿੱਤੀ ਗਈ ਹੈ ਤਾਂ ਕਿ ਉਹ ਪੜ੍ਹ ਕੇ ਉਸ ਤੋਂ ਕਾਫੀ ਕੁਝ ਸਿੱਖ ਸਕਣ। ਦੈਨ ਸੈਕਿੰਡ ਪ੍ਰਾਈਜ਼ 1100 ਰੁਪਇਆ, ਸੇਮ ਸਰਟੀਫਿਕੇਟ, ਮੈਡਲ, ਐਂਡ ਥਰਡ ਵਾਲੇ ਨੂੰ ਵੀ ਸਰਟੀਫਿਕੇਟ, ਮੈਡਲ ਅਤੇ 1100 ਰੁਪਇਆ, ਔਰ ਚੌਥੇ ਵਾਲੇ ਨੂੰ ਵੀ ਨਾਲ ਰੱਖਦੀ ਰਕਮ, ਨਾਲ ਲੱਗਦੀ ਰਕਮ ਅਤੇ ਉਹੀ ਸਰਟੀਫਿਕੇਟ ਜਿਹੜਾ ਮਿਲਿਆ। ਸੋ ਮੈਨੂੰ ਲੱਗਦਾ ਹੈ ਕਿ ਇਹ ਜਿਹੜੀਆਂ ਜਿਹੜੇ ਸਰੋਕਾਰ ਨੇ, ਇਹ ਸਿੱਖੀ ਸਰੂਪ ਨੂੰ ਸਜਾਉਣ ਦੇ ਲਈ ਇਹਨਾਂ ਵੀਰਾਂ ਵੱਲੋਂ ਪਹਿਲ ਕੀਤੀ ਗਈ। ਸੋ ਜੇਕਰ ਇੱਦਾਂ ਦੇ ਉਪਰਾਲੇ, ਇੱਦਾਂ ਦੀ ਪਹਿਲ ਹਰ ਕੋਈ ਕਰਨਾ ਚਾਹੋਵੇ, ਸੋ ਇਕੱਲਾ ਬੰਦਾ ਕੁਛ ਨਹੀਂ ਕਰ ਸਕਦਾ। ਜੇਕਰ ਤੁਸੀਂ, ਤੁਹਾਡੀ ਸੋਚ ਕਿਤੇ ਨਾ ਕਿਤੇ ਇਹਨਾਂ ਦੇ ਨਾਲ ਮਿਲਦੀ ਹੈ, ਤੁਸੀਂ ਜੁੜ ਸਕਦੇ ਹੋ ਇਹਨਾਂ ਦੇ ਨਾਲ, ਕੰਟੈਕਟ ਤੁਸੀਂ ਲੈ ਸਕਦੇ ਹੋ। ਸੋ ਅੱਜ ਦੇ ਲਈ ਇੰਨਾ ਹੀ, ਕਿਉਂਕਿ ਇਹ ਰੂਪ ਔਰ ਸਿੱਖੀ ਦਾ ਸਰੂਪ ਜਿਹੜਾ ਹੈ, ਬੱਚਿਆਂ ਨੇ ਬਹੁਤ ਵਧੀਆ ਨਿਭਾਇਆ, ਔਰ ਗੁਰਪ੍ਰੀਤ ਸਿੰਘ ਢਿੱਲੋਂ ਵੱਲੋਂ ਬਹੁਤ ਵਧੀਆ ਉਪਰਾਲਾ, ਮੁਕਾਬਲਾ ਜਿਹੜਾ ਸੀਗਾ ਦਸਤਾਰ ਦਾ, ਪੱਗ ਦਾ, ਔਰ ਨਾਲ ਦੀ ਨਾਲ ਦਮਾਲਿਆਂ ਦਾ, 2019 ਦਾ ਇਹ ਮੁਕਾਬਲਾ ਬਹੁਤ ਵਧੀਆ ਰਿਹਾ। ਵਿਨਰ ਨੂੰ ਵੀ ਵਧਾਈਆਂ, ਅਤੇ ਜਿਹੜੇ ਨਹੀਂ ਵੀ ਜੇਤੂ ਹੋਏ ਉਹਨਾਂ ਨੂੰ ਵੀ ਵਧਾਈ, ਕਿਉਂਕਿ ਉਹਨਾਂ ਨੇ ਹੌਸਲਾ ਦਿਖਾਇਆ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਉਹ ਜ਼ਰੂਰ ਪ੍ਰਾਈਜ਼ ਲੈ ਕੇ ਜਾਣਗੇ। ਧੰਨਵਾਦ ਤੁਹਾਡਾ ਸਾਰਿਆਂ ਦਾ, ਅਤੇ ਨਾਲ ਦੀ ਨਾਲ ਵੀਰ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਿਜ਼ਲਟ ਆ ਚੁੱਕਿਆ ਹੈ 19-24 ਸਾਲ ਦਾ। ਸੋ ਇੱਕ ਅਨਾਊਂਸਮੈਂਟ ਫੇਰ ਹੈ, ਜਿਵੇਂ ਕਿ 13-18 ਸਾਲ ਦੇ ਵਿੱਚ ਅਸੀਂ ਇੱਕ ਐਕਸਟਰਾ ਪ੍ਰਾਈਜ਼ ਕੱਢਿਆ ਸੀ, ਕਿਉਂਕਿ ਉਹ ਡਿਜ਼ਰਵ ਕਰਦਾ ਸੀ। ਸੇਮ ਤਰੀਕੇ ਅਸੀਂ ਦਮਾਲਿਆਂ ਦੇ ਵਿੱਚ ਵੀ ਇੱਕ ਪ੍ਰਾਈਜ਼ ਐਕਸਟਰਾ ਕੱਢਿਆ, ਕਿਉਂਕਿ ਉਹ ਬੱਚਾ ਡਿਜ਼ਰਵ ਕਰਦਾ ਸੀ। ਹਾਂ, ਉਹ ਕਿਹੜਾ ਰਿਜ਼ਲਟ ਹੈ ਉਹ ਤੁਹਾਨੂੰ ਨਾਲ ਦੇ ਨਾਲ ਅਸੀਂ ਦੱਸਦੇ ਹਾਂ, ਠੀਕ ਹੈ। ਜੋ 19-24 ਈਅਰਸ ਦਾ ਏਜ ਗਰੁੱਪ ਸੀਗਾ, ਉਹਦੇ 'ਚੋਂ ਥਰਡ ਪ੍ਰਾਈਜ਼ ਜੋ ਜਾ ਰਿਹਾ ਹੈ ਉਹ ਹੈ ਟੈਗ ਨੰਬਰ 3। ਜੋ ਸੈਕਿੰਡ ਪ੍ਰਾਈਜ਼ ਆ ਰਿਹਾ ਉਹ ਹੈ ਟੈਗ ਨੰਬਰ 4। ਫਸਟ ਪ੍ਰਾਈਜ਼ ਆ ਰਿਹਾ ਟੈਗ ਨੰਬਰ 1। ਸਭ ਤੋਂ ਪਹਿਲਾਂ ਤੇ ਬੱਚਿਆਂ ਦੇ ਵਿੱਚੋਂ ਜੋ ਫਸਟ ਪ੍ਰਾਈਜ਼ ਆ 14 ਨੰਬਰ, ਇਸ ਤੋਂ ਬਾਅਦ ਜੋ ਅਸੀਂ ਇੱਕ ਸਪੈਸ਼ਲ ਪ੍ਰਾਈਜ਼ ਕੱਢਿਆ ਉਹ ਤਾਂ ਇੱਕ ਇਸ ਕਰਕੇ ਹੈ ਕਿ ਉਸਨੇ ਜੋ ਇੱਕ ਪ੍ਰੋਪਰ ਡਰੈਸ ਇੱਕ ਸਿੰਘ ਦੀ ਹੋਣੀ ਚਾਹੀਦੀ ਹੈ, ਇੱਕ ਛੋਟੇ ਬੱਚੇ ਦੇ ਅਕੋਰਡਿੰਗ ਉਹਨੇ ਵੇਅਰ ਕੀਤੀ ਆ। ਦਮਾਲਾ ਵੀ ਬਹੁਤ ਸੋਹਣਾ ਸਜਾਇਆ, ਸ਼ਸਤਰ ਵੀ ਬਹੁਤ ਸੋਹਣੇ ਲਾਏ ਹੋਏ ਆ। 7 ਨੰਬਰ, ਅਸੀਂ ਇਸ ਬੱਚੇ ਨੇ ਇੱਕ 4th ਪ੍ਰਾਈਜ਼ ਦਿੱਤਾ ਹੈ, ਕਿਉਂਕਿ ਬੱਚਾ ਡਿਜ਼ਰਵ ਕਰਦਾ ਸੀ, ਹੋ ਸਕਦਾ ਹੈ ਕਿ ਕਈ ਚੀਜ਼ਾਂ ਤੋਂ ਕਮੀਆਂ ਕਈ। 3rd ਪ੍ਰਾਈਜ਼ ਜਾਂਦਾ ਹੈ ਟੈਗ ਨੰਬਰ 1 ਨੂੰ, 2nd ਜਾਂਦਾ ਹੈ ਟੈਗ ਨੰਬਰ 4 ਨੂੰ, ਐਂਡ 1st ਪ੍ਰਾਈਜ਼ ਜਾਂਦਾ ਹੈ ਟੈਗ ਨੰਬਰ 2 ਨੂੰ। ਸਾਨੂੰ ਫੋਟੋਗ੍ਰਾਫੀ ਦੇ ਵਿੱਚ ਬੜੀ ਸਪੋਰਟ ਕੀਤੀ ਜਗਦੀਪ ਅਤੇ ਉਹਨਾਂ ਦੇ ਬ੍ਰਦਰ ਨੂੰ, ਮੈਂ ਸਟੇਜ 'ਤੇ ਆ ਕੇ ਸਨਮਾਨਿਤ ਕਰਨਾ ਚਾਹੁੰਦਾ ਕਿ ਸਟੇਜ 'ਤੇ ਆਉਣ। ਬੋਲੇ ਸੋ ਨਿਹਾਲ,
ਬੋਲੇ ਸੋ ਨਿਹਾਲ।